ਰਾਸ਼ਟਰੀ ਕਾਲਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਭਾਰਤ ਅਤੇ ਦੁਨੀਆ ਪਰ ਦੇ ਪ੍ਰਾਈਮ ਟਾਈਮ ਦੇ ਵਿੱਚ ਮੈਂ ਹਰ ਸ਼ਰਨ ਕੌਰ ਪੰਜਾਬ ਦੀਆਂ ਅਹਿਮ ਖਬਰਾਂ ਦੇ ਵਿੱਚ ਦੱਸਾਂਗੇ ਕਿ ਪੰਜਾਬ ਦੇ ਵਿੱਚ ਐਤਵਾਰ ਦਾ ਕਰਫਿਊ ਹਟਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਸਮੇਤ ਹਰਿਆਣਾ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਵਾਲਾ ਪਿਛਲੇ 10 ਸਾਲਾਂ ਦਾ ਰਿਕਾਰਡ ਟੁੱਟੇਗਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਸਾਰੀ ਖਬਰ ਦੱਸਾਂਗੇ ਦਿੱਲੀ ਦੇ ਵਿੱਚ ਕਹਿਰ ਬਣ ਕੇ ਵਰਿਆ ਹੈ ਮੀਂਹ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਹੜਾ ਕਿ ਚਿੱਟੇ ਹਾਥੀ ਯਾਨੀ ਕਿ ਛੋਟੇ ਟੈਂਪੂ ਦਾ ਡਰਾਈਵਰ ਸੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਕਾਫੀ ਸਾਰੇ ਵਾਨ ਪਾਣੀ ਦੇ ਵਿੱਚ ਡੁੱਬ ਗਏ ਨੇ ਲੋਕਾਂ ਨੂੰ ਬਚਾਇਆ ਗਿਆ ਬਸਾਂ ਦੇ ਡਰਾਈਵਰਾਂ ਨੂੰ ਬਚਾਇਆ ਗਿਆ ਇਹ ਸਾਰੀ ਖਬਰ ਹੈ ਜਿਹੜੀ ਉਹ ਦੱਸਾਂਗੇ ਇਸੇ ਤਰ੍ਹਾਂ ਦਾ ਹੀ ਮੀਂਹ ਕਹਿੰਦੇ ਪੰਜਾਬ ਦੇ ਵਿੱਚ ਪੈਣ ਵਾਲਾ ਹੈ ਸਿੱਧੂ ਮੂਸੇਵਾਲੇ ਤੇ ਹੁਣ ਐਮਐਲਏ ਸੁਖਪਾਲ ਖੈਰਾ ਨੇ ਵੱਡੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਲਪੇਟੇ ਦੇ ਵਿੱਚ ਲਿਆ ਕੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਮਝੇਗੀ ਜਾਂ ਸਿੱਧੂ ਮੂਸੇਵਾਲੇ ਨੂੰ ਬਚਾਉਣ ਦੇ ਇਲਜ਼ਾਮ ਆਪਣੇ ਤੇ ਸਹੀ ਸਿੱਧ ਕਰੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕੀ ਵੱਡੀ ਖਬਰ ਹੈ ਇਹ ਵੀ ਦੱਸਾਂਗੇ ਸਿਰਫ ਸਿਆਸਤ ਇਸਤੇ ਹੋ ਰਹੀ ਹੈ ਜਾਂ ਫਿਰ ਇਹ ਜਿਹੜੇ ਲੀਡਰ ਨੇ ਉਹ ਕੁਝ ਕਰ ਵੀ ਰਹੇ ਨੇ। 300 ਕਰੋੜ ਦੀ ਹੈਰੋਇਨ ਬਰਾਮਦ ਹੋਈ ਹੈ ਗੁਰਦਾਸਪੁਰ ਦੇ ਵਿੱਚ। ਪਾਕਿਸਤਾਨ ਵਾਲੇ ਪਾਸਿਓਂ ਆ ਰਹੀ ਸੀ। ਭਾਰਤ ਦੇ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਚੁੱਕਿਆ ਹੈ ਇੱਕ ਵੱਡੇ ਵਿਭਾਗ ਦੇ ਵੱਡੇ ਅਧਿਕਾਰੀ ਨੇ ਇਹ ਐਲਾਨ ਕੀਤਾ ਹੈ ਇਹ ਬਿਆਨ ਦਿੱਤਾ ਹੈ ਪਰ ਸਰਕਾਰ ਇਸ ਨੂੰ ਮੰਨ ਕਿਉਂ ਨਹੀਂ ਰਹੀ ਇਹ ਪੂਰੀ ਖਬਰ ਤੁਹਾਨੂੰ ਦੱਸਾਂਗੇ ਪੂਰੇ ਵਿਸ਼ਵ ਦੀਆਂ ਖਬਰਾਂ ਦੇ ਵਿੱਚ ਵੀ ਕਾਫੀ ਅਹਿਮ ਖਬਰਾਂ ਨੇ ਸਾਰੀਆਂ ਦੱਸਾਂਗੇ ਪਹਿਲਾਂ ਕੋਰੋਨਾ ਵਾਇਰਸ ਦੀ ਅਪਡੇਟ ਜਾਣ ਲਈਏ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਗਿਣਤੀ ਹੈਗੀ ਹੈ ਸਿਹਤ ਵਿਭਾਗ ਦੇ ਮੁਤਾਬਿਕ ਕੋਰੋਨਾ ਵਾਇਰਸ ਦੇ 9442 ਕੇਸ ਦਰਜ ਕੀਤੇ ਜਾ ਚੁੱਕੇ ਨੇ ਮਰਤਕਾਂ ਦੀ ਗਿਣਤੀ 200 40 ਤੋਂ ਵੱਧ ਗਈ ਹੈ 6300 ਤੋਂ ਵੀ ਵੱਧ ਲੋਕ ٹھیک ਹੋ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਜਾਣਕਾਰੀ ਦਿੱਤੀ ਕਿ ਸੂਬੇ ਦੇ ਦੋ ਕਾਂਗਰਸੀ ਵਿਧਾਇਕਾਂ ਨੂੰ ਕਰੋਨਾ ਵਾਇਰਸ ਹੋ ਗਿਆ ਹੈਗਾ ਐਮ ਐਲ ਏ ਫਗਵਾੜਾ ਬਲਵਿੰਦਰ ਸਿੰਘ ਢਾਲੀਵਾਲ ਵਿਧਾਇਕ ਤਰਨਤਾਰਨ ਡਾਕਟਰ ਧਰਮਵੀਰ ਇਹਨਾਂ ਦੋਨਾਂ ਦਾ ਟੈਸਟ ਪੋਜ਼ਿਟਿਵ ਆਇਆ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਦੀ ਚੰਡੀਗੜ੍ਹ ਵਿੱਚ ਸੁਰੱਖਿਆ ਦੇ ਵਿੱਚ ਤਨਾਤ ਤਿੰਨ ਜਵਾਨਾਂ ਨੂੰ ਵੀ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਭਾਰਤ ਦੀ ਗੱਲ ਕਰ ਲਈ ਤਾਂ ਪਿਛਲੀ 24 ਦੇ ਵਿੱਚ 38000 ਤੋਂ ਵੱਧ ਰਿਕਾਰਡ ਮਾਮਲੇ ਦਰਜ ਕੀਤੇ ਗਏ ਨੇ 543 ਮੌਤਾਂ ਹੋਈਆਂ ਨੇ ਕੁੱਲ ਕੇਸ 1077618 ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 373300 79 ਜਿਹੜੇ ਹੈਗੇ ਨੇ ਐਕਟਿਵ ਮਾਮਲੇ ਨੇ 670423 ਮਰੀਜ਼ ਠੀਕ ਹੋ ਚੁੱਕੇ ਨੇ ਮੌਤਾਂ ਨੇ ਜਿਹੜੀਆਂ ਕੁੱਲ 26816 ਹੋ ਗਈਆਂ ਨੇ ਤੇ ਭਾਰਤ ਪੂਰੀ ਦੁਨੀਆ ਦੇ ਵਿੱਚੋਂ ਤੀਸਰੇ ਨੰਬਰ ਤੇ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਨੀਵਾਰ ਨੂੰ ਯਾਨੀ ਕਿ 18 ਜੁਲਾਈ ਨੂੰ ਭਾਰਤ ਦੇ ਵਿੱਚ 3.5 ਲੱਖ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਗਏ ਨੇ ਇੱਕ ਦਿਨ ਦੇ ਵਿੱਚ ਤੇ ਟੈਸਟਿੰਗ ਦਾ ਅੰਕੜਾ ਜਿਹੜਾ ਸ਼ੁੱਕਰਵਾਰ ਨੂੰ ਉਹ 358127 ਸੀ ਦੋ ਦਿਨਾਂ ਦੇ ਵਿੱਚ ਜਿਹੜਾ ਇੱਕੋ ਜਿਹੇ ਟੈਸਟ ਕੀਤੇ ਗਏ ਨੇ 3.5 ਲੱਖ ਦੇ ਕਰੀਬ ਭਾਰਤ ਵਿੱਚ ਹੁਣ ਤੱਕ ਯਾਨੀ ਕਿ 18 ਜੁਲਾਈ ਤੱਕ 1 ਕਰੋੜ 3791869 ਲੋਕਾਂ ਦੇ ਕੁੱਲ ਟੈਸਟ ਕੀਤੇ ਜਾ ਚੁੱਕੇ ਨੇ ਪੂਰੀ ਦੁਨੀਆ ਦੀ ਗੱਲ ਕਰ ਲਈਏ ਤਾਂ ਬੀਤੇ 24 ਘੰਟਿਆਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦੇ 2,60,000 ਮਾਮਲੇ ਦਰਜ ਕੀਤੇ ਗਏ ਨੇ ਇਹ WHO ਦੀ ਜਾਣਕਾਰੀ ਦੇ ਮੁਤਾਬਿਕ ਹੈ WHO ਦੇ ਮੁਤਾਬਿਕ ਜਦੋਂ ਤੋਂ ਮਹਾਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਹੁਣ ਤੱਕ ਇੱਕ ਦਿਨ ਦੇ ਸਭ ਤੋਂ ਵੱਧ ਮਾਮਲੇ ਨੇ ਅਮਰੀਕਾ ਬ੍ਰਾਜ਼ਿਲ ਭਾਰਤ ਤੇ ਦੱਖਣੀ ਅਫਰੀਕਾ ਪਹਿਲੇ 4 ਨੰਬਰਾਂ ਤੇ ਨੇ ਅਤੇ ਪੂਰੀ ਦੁਨੀਆ ਦੇ ਵਿੱਚ ਲਾਗ ਦੇ ਮਾਮਲੇ 1 ਕਰੋੜ 42 ਲੱਖ ਤੋਂ ਵੱਧ ਹੋ ਗਏ ਨੇ ਮੌਤਾਂ ਦੀ ਗਿਣਤੀ 6 ਲੱਖ 1213 ਹੋ ਗਈ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਲਈ ਅਹਿਮ ਖਬਰ ਦੱਸਾਂਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਲਈ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਐਤਵਾਰ ਨੂੰ ਕਰਫਿਊ ਨਹੀਂ ਲੱਗੇਗਾ ਯਾਨੀ ਕਿ ਐਤਵਾਰ ਨੂੰ ਸੂਬੇ ਦੇ ਵਿੱਚ ਕਰਫਿਊ ਹਟਾਉਣ ਦਾ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਲੋਕਾਂ ਨੂੰ ਮਾਸਕ ਪੈਣ ਤੇ ਸੁਰੱਖਿਆ ਦੇ ਹੋਰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਕੰਮਾਂ ਦੇ ਲਈ ਘਰ ਤੋਂ ਬਾਹਰ ਜਾਣ ਦੀ ਐਤਵਾਰ ਨੂੰ ਹੀ ਜ਼ਰੂਰਤ ਪੈਂਦੀ ਹੈ ਬਹੁਤ ਸਾਰੇ ਕੰਮ ਲੋਕਾਂ ਨੇ ਐਤਵਾਰ ਨੂੰ ਨਿਪਟਾਉਣੇ ਹੁੰਦੇ ਨੇ ਕਿਉਂਕਿ ਜਿਹੜੇ ਲੋਕ ਕਮਾਕਾਰਾਂ ਤੇ ਜਾਂਦੇ ਨੇ ਪੂਰਾ ਹਫਤਾ ਉਹ ਕੰਮ ਕਰ ਕਰਦੇ ਨੇ ਨੌਕਰੀ ਕਰਦੇ ਨੇ ਆਪਣਾ ਰੋਜ਼ਗਾਰ ਕਮਾਉਂਦੇ ਨੇ ਤੇ ਐਤਵਾਰ ਨੂੰ ਉਹਨਾਂ ਨੇ ਘਰ ਦੇ ਕੰਮ ਕਰਨੇ ਹੁੰਦੇ ਨੇ ਇਸ ਕਰਕੇ ਐਤਵਾਰ ਦਾ ਕਰਫਿਊ ਹੁਣ ਤੋਂ ਨਹੀਂ ਲੱਗੇਗਾ ਯਾਨੀ ਕਿ ਅਗਲੇ ਐਤਵਾਰ ਤੋਂ ਇਹ ਕਰਫਿਊ ਨਹੀਂ ਲੱਗੇਗਾ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਸੂਬੇ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਸਖਤੀ ਦੇ ਨਾਲ ਜਾਂਚ ਹੈ ਜਿਹੜੀ ਉਹ ਜਾਰੀ ਰਹੇਗੀ ਦਰਅਸਲ ਅਨੰਦਪੁਰ ਸਾਹਿਬ ਤੋਂ ਅਮਰਜੀਤ ਸਿੰਘ ਦੇ ਸਵਾਲ ਦੇ ਜਵਾਬ ਦੇ ਵਿੱਚ ਕੈਪਟਨ ਨੇ ਕਿਹਾ ਸੀ ਜਦੋਂ ਸ਼ਨੀਵਾਰ ਨੂੰ ਉਹ ਲਾਈਵ ਹੁੰਦੇ ਨੇ ਉਸ ਸੈਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਹਾਲਾਂਕਿ ਤੁਸੀਂ ਵੀ ਸੁਣਿਆ ਹੀ ਹੋਵੇਗਾ ਬੜੀ ਖਬਰ ਅਹਿਮ ਹੈ ਕਿ ਐਤਵਾਰ ਨੂੰ ਨਿਵਾਸੀਆਂ ਨੂੰ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਨੂੰ ਘਟਾਉਣ ਦੇ ਮੱਦੇਨਜ਼ਰ ਕਰਫਿਊ ਨਹੀਂ ਲਾਇਆ ਜਾਏਗਾ ਮੁੱਖ ਮੰਤਰੀ ਨੇ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਕੋਈ ਵੀ ਲੱਛਣ ਦਿਖਾਈ ਦਿੰਦੇ ਨੇ ਤੁਰੰਤ ਹਸਪਤਾਲਾਂ ਦੇ ਨਾਲ ਸੰਪਰਕ ਕੀਤਾ ਜਾਵੇ ਅਗਲੀ ਅਹਿਮ ਖਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 267 ਸਰੂਪ ਐਸਜੀਪੀਸੀ ਦੇ ਪਬਲਿਕੇਸ਼ਨ ਬਿਊਰੋ ਦੇ ਵਿੱਚੋਂ ਗਾਇਬ ਹੋਣ ਦੇ ਨਾਲ ਜੁੜੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਹ ਘਟਨਾ ਵਾਪਰੀ ਸੀ ਉਸ ਦਾ ਸਭ ਤੋਂ ਪਹਿਲਾਂ ਪੜਦਾ ਚੁੱਕਿਆ ਸੀ ਕਮਲਜੀਤ ਸਿੰਘ ਨੇ ਜਿਹੜੇ ਕਿ ਵਿਭਾਗ ਦੇ ਵਿੱਚ ਰਿਟਾਇਰ ਹੋ ਚੁੱਕੇ ਮੁਲਾਜ਼ਮ ਨੇ ਉਸ ਤੋਂ ਬਾਅਦ ਪੰਜਾਬ ਦੀ ਮਨੁੱਖੀ ਅਧਿਕਾਰ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਕੋਲੇ ਮਸਲਾ ਲੈ ਕੇ ਗਈ ਤੇ ਇਹ ਕਿਹਾ ਸੀ ਕਿ ਇਸ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਮਸਲਾ ਗੰਭੀਰ ਹੈ ਤੇ ਹੁਣ ਉਸੇ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਨੇ ਲੋੜਿੰਦੇ ਦਸਤਾਵੇਜ਼ ਨੇ ਜਿਹੜੇ ਕਿ ਇਹ ਸਿੱਧ ਕਰਨਗੇ ਕਿ ਸਰੂਪ ਨੇ ਜਿਹੜੇ 267 ਨਹੀਂ ਗਾਇਬ ਹੋਏ ਉਸ ਤੋਂ ਵੀ ਕਿਤੇ ਵੱਧ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਜਥੇਦਾਰ ਸ਼੍ਰੀ ਕਲਤਕ ਸਾਬ ਨੇ ਕਮੇਟੀ ਬਣਾਈ ਹੈ ਜੱਜ ਨਵੇਤਾ ਸਿੰਘ ਜਾਂਚ ਕਰ ਰਹੇ ਨੇ ਉਸ ਕਮੇਟੀ ਨੂੰ ਅਸੀਂ ਇਹ ਸਾਰੇ ਸਬੂਤ ਤੇ ਦਸਤਾਵੇਜ਼ ਸੌਂਪਾਂਗੇ ਜਥੇਬੰਦੀ ਦੇ ਮੁਖੀ ਸਰਬਜੀਤ ਸਿੰਘ ਵੀਰਕਾ ਨੇ ਦਾਵਾ ਕੀਤਾ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਚੋਂ ਗਾਇਬ ਹੋਏ ਲਗਭਗ 60 ਸਰੂਪਾਂ ਦੇ ਬਾਰੇ ਉਹਨਾਂ ਕੋਲ ਪੁਖਤਾ ਜਾਣਕਾਰੀ ਹੈ ਤੇ ਅਸੀਂ ਜਾਂਚ ਕਮੇਟੀ ਨੂੰ ਇਹ ਸਾਰੇ ਦਸਤਾਵੇਜ਼ ਸੌਂਪ ਦੇਾਂਗੇ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿੱਤ ਵਿਭਾਗ ਨੇ ਜੁਲਾਈ ਮਹੀਨੇ ਤੋਂ ਸਤੰਬਰ ਮਹੀਨੇ ਅੰਦਰ ਅੰਦਰ ਸਾਰੇ ਵਿਭਾਗਾਂ ਦੇ ਵੇਰਵੇ ਮੰਗੇ ਨੇ ਜਲ ਸਰੋਤ ਵਿਭਾਗ ਦਾ ਪੁਨਰਕਠਨ ਕਰਕੇ ਤਾਂ 8000 ਤੋਂ ਵੱਧ ਅਸਾਮੀਆਂ ਜਿਹੜੀਆਂ ਉਹ ਘੱਟ ਕਰ ਦਿੱਤੀਆਂ ਨੇ ਯਾਨੀ ਕਿ ਇੱਥੇ ਪੋਸਟਾਂ ਹੀ ਖਤਮ ਕਰ ਦਿੱਤੀਆਂ ਨੇ ਹੁਣ ਬਾਕੀ ਸਾਰੇ ਜਿਹੜੇ ਵਿਭਾਗ ਨੇ ਉਹਨਾਂ ਦੇ ਵੇਰਵੇ ਵੀ ਮੰਗ ਲਏ ਨੇ ਤੇ ਹੁਣ ਉਹਨਾਂ ਵਿਭਾਗਾਂ ਦੇ ਵਿੱਚ ਵੀ ਪੋਸਟਾਂ ਘਟਾਏ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੋ ਜਿਹੜੇ ਸਰਕਾਰੀ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਦੇ ਉੱਤੇ ਗਾਜ ਡਿੱਗੀ ਹੈਗੀ 15 ਜੁਲਾਈ ਨੂੰ ਮੁੱਖ ਮੰਤਰੀ ਕੈਬਨ ਮਰਿੰਦਰ ਸਿੰਘ ਨੇ ਕੈਬਨਟ ਬੈਠਕ ਦੇ ਵਿੱਚ ਇਹ ਜਿਹੜਾ ਮਹਰੂ ਫੈਸਲਾ ਲਿਆ ਸੀ ਜਿਸ ਤੇ ਲੋਕ ਵਿਰੋਧ ਕਰ ਰਹੇ ਨੇ ਸਰਕਾਰੀ ਮੁਲਾਜ਼ਮ ਵਿਰੋਧ ਕਰ ਰਹੇ ਨੇ ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਿਰਫ ਜਲ ਸਰੋਤ ਵਿਭਾਗ ਦੇ ਵਿੱਚੋਂ ਐਨੀਆਂ ਕੋ ਅਸਾਮੀਆਂ ਖਤਮ ਕਰਨ ਦੇ ਨਾਲ ਹੀ ਸੂਬੇ ਦੇ ਸਰਕਾਰੀ ਖਜ਼ਾਨੇ ਨੂੰ 71 ਕਰੋੜ ਰੁਪਏ ਦੀ ਬੱਚਤ ਹੋਵੇਗੀ ਮੌਸਮ ਦੇ ਨਾਲ ਜੁੜੀ ਖਬਰ ਹੈ ਪੰਜਾਬ ਸਮੇਤ ਹਰਿਆਣਾ ਦੇ ਵਿੱਚ 3 ਦਿਨਾਂ ਤੱਕ ਭਾਰੀ ਮੀਂਹ ਪੈਣ ਦੇ ਲਈ orange alert ਜਾਰੀ ਕਰ ਦਿੱਤਾ ਗਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਅਲਰਟ ਜਾਰੀ ਕੀਤਾ ਹੈ ਐਨਾ ਹੀ ਨਹੀਂ ਮੀਂਹ ਹੀ ਨਹੀਂ ਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਵੀ ਚੁੱਕਿਆ ਅੰਮ੍ਰਿਤਸਰ ਬਠਿੰਡਾ ਤੇ ਲੁਧਿਆਣਾ ਦੇ ਵਿੱਚ ਵੀ ਮੀਂਹ ਪਿਆ ਅੱਜ ਦਿੱਲੀ ਦੇ ਵਿੱਚ ਵੀ ਬਹੁਤ ਭਾਰੀ ਮੀਂਹ ਪਿਆ ਤੁਹਾਨੂੰ ਭਾਰਤ ਦੀਆਂ ਖਬਰਾਂ ਦੇ ਵਿੱਚ ਦੱਸਾਂਗੇ ਕਿ ਇੱਕ ਘਟਨਾ ਵੀ ਉੱਥੇ ਘਟ ਗਈ ਹੈ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੇ ਵਿੱਚ ਕੁਝ ਘੰਟੇ ਮੀਂਹ ਪੈਣ ਤੋਂ ਬਾਅਦ ਬੇਹੱਦ ਪਾਣੀ ਖੜ ਗਿਆ ਸੀ ਉੱਥੇ ਜਿਹੜਾ ਪ੍ਰਬੰਧਾਂ ਦੀ ਪੋਲ ਵੀ ਖੋਲ ਦਿੱਤੀ ਇਸ ਪਾਣੀ ਨੇ ਕਿਉਂਕਿ ਹੈਰੀਟੇਜ ਸਟਰੀਟ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਸੀ ਲੋਕ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਉੱਥੇ ਕਰ ਰਹੇ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ ਦਾ ਖਾਸ ਧਿਆਨ ਰੱਖਣ ਲਈ ਕਿਹਾ ਹੈ ਪਰ ਇਹ ਖਾਸ ਧਿਆਨ ਕਿਵੇਂ ਰੱਖਣਾ ਹੈ ਫਸਲਾਂ ਦਾ ਕਿਉਂਕਿ ਖੁੱਲੇ ਅਸਮਾਨ ਦੇ ਥੱਲੇ ਹੁੰਦੀਆਂ ਫਸਲਾਂ ਇਹ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੋਣਾ ਕਿਸਾਨਾਂ ਨੂੰ ਅਮ੍ਰਿਤਸਰ ਚੰਡੀਗੜ ਜਲੰਧਰ ਲੁਧਿਆਣਾ ਤੇ ਮੋਗਾ ਦੇ ਵਿੱਚ ਵੀ ਪਿਛਲੇ ਦੋ ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ ਹੈ ਮੌਸਮ ਠੰਡਾ ਜ਼ਰੂਰ ਹੋਇਆ ਪਰ ਪਾਣੀ ਖੜਨ ਦੇ ਨਾਲ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਪਾਣੀ ਕਿਉਂ ਖੜਦਾ ਹੈ ਕਿਉਂਕਿ ਸੂਬੇ ਦੇ ਵਿੱਚ ਸੜਕਾਂ ਦਾ ਜਾਂ ਫਿਰ ਸੀਵਰੇਜ ਦਾ ਜਿਹੜਾ ਮੰਦੜਾ ਹਾਲ ਹੈ ਆਜ਼ਾਦੀ ਤੋਂ ਬਾਅਦ ਜਾਂ ਕੇ ਲਈ ਕਿ ਵੰਡ ਤੋਂ ਬਾਅਦ ਵੀ ਹਲੇ ਤੱਕ ਸਰਕਾਰਾਂ ਨੇ ਬੇਸਿਕ ਸਮੱਸਿਆਵਾਂ ਨੇ ਇਹਨਾਂ ਦਾ ਨਿਪਟਾਰਾ ਨਹੀਂ ਕੀਤਾ ਲੋਕ ਨੇ ਜਿਹੜੇ ਇਹ ਪਾਣੀ ਜਿਹੜਾ ਜਦੋਂ ਮੀਂਹ ਵੱਧ ਪੈ ਜੇ ਪਾਣੀ ਦੇ ਨਾਲ ਉਹ ਜੂਝਦੇ ਰਹਿੰਦੇ ਨੇ ਘਰਾਂ ਚ ਪਾਣੀ ਵੜ ਜਾਂਦਾ ਹੈ ਗੋਡੇ-ਗੋਡੇ ਸੜਕਾਂ ਤੇ ਖੜ ਜਾਂਦਾ ਸੋ ਇਹ ਕਦੋਂ ਠੀਕ ਹੋਏਗੇ ਹੋਣਗੇ ਹਾਲਾਤ ਕਦੋਂ ਪੰਜਾਬ ਐ ਜਿਹੜਾ ਕੈਲੀਫੋਰਨੀਆ ਬਣੇਗਾ ਇਹ ਵੱਡਾ ਸਵਾਲ ਹੈ ਅਗਲੀ ਖਬਰ ਪੰਜਾਬ ਦੇ ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨਾਲ ਜੁੜੀ ਹੋਈ ਹੈ ਸਿੱਧੂ ਮੂਸੇਵਾਲਾ ਅਜਿਹੇ ਸ਼ਬਦਾਂ ਦੀ ਵਰਤੋਂ ਆਪਣੇ ਗਾਣਿਆਂ ਦੇ ਵਿੱਚ ਕਰਦਾ ਜਿਸ ਦੇ ਨਾਲ ਪੰਜਾਬ ਦੀ ਨੌਜਵਾਨੀ ਕੁਰਾਹੇ ਪੈਂਦੀ ਹੈ ਇਹ ਕਹਿਣਾ ਹੈ ਚਿੰਤਕਾਂ ਦਾ ਜਿਹੜੇ ਪੰਜਾਬ ਦਾ ਫਿਕਰ ਕਰਦੇ ਨੇ ਭਵਿੱਖ ਦਾ ਫਿਕਰ ਕਰਦੇ ਨੇ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਪੁਲੱਥ ਚੋਂ ਉਹ ਵੀ ਬੋਲੇ ਨੇ ਇਸ ਮਸਲੇ ਦੇ ਉੱਤੇ ਲਾਈਵ ਹੋ ਕੇ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਅਤੇ ਕੈਪਟਨ ਸਰਕਾਰ ਦੇ ਉੱਤੇ ਦੋਰੇ ਮਾਪ ਡੰਡਾ ਨੂੰ ਲੈ ਕੇ ਸਵਾਲ ਚੁੱਕੇ ਨੇ ਇਹ ਕਹੇ ਕਿ ਪੰਜਾਬ ਪੁਲਿਸ ਮੂਸੇ ਵਾਲੇ ਦਾ ਬਚਾਅ ਕਰ ਰਹੀ ਹੈ ਖੈਰਾਂ ਨੇ ਸਵਾਲ ਖੜੇ ਕਰਦਿਆਂ ਪੁਲਿਸ ਦੇ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਯੂਏਪੀਏ ਕਾਨੂੰਨ ਤਹਿਤ ਚੁੱਕੇ ਜਾਣ ਦੀ ਨਿੰਦਿਆ ਕੀਤੀ ਹੈ ਖੈਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਦੀ ਹਾਜ਼ਰੀ ਵਿੱਚ AK47 ਚਲਾਉਣ ਉਹਨਾਂ ਨੂੰ ਸਰਕਾਰ ਚੁੱਕ ਰਹੀ ਹੈ ਖੈਰਾਂ ਨੇ ਕਿਹਾ ਕਿ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 45 ਮੁਕੱਦਮੇ ਯੂਏਪੀਏ ਐਕਟ ਦੇ ਤਹਿਤ ਦਰਜ ਕੀਤੇ ਨੇ ਤੇ ਪਿਛਲੇ 1 ਮਹੀਨੇ ਦੇ ਅੰਦਰ ਅੰਦਰ 16 ਮੁਕੱਦਮੇ ਨੇ ਜਿਹੜੇ ਉਹ ਰੈਫਰੈਂਡਮ 2020 ਦੀ ਆਰਟ ਦੇ ਵਿੱਚ ਹੀ ਦਰਜ ਕਰ ਦਿੱਤੇ ਗਏ ਨੇ ਸੋ ਪੰਜਾਬ ਪੁਲਿਸ ਜਾਂ ਫਿਰ ਪੰਜਾਬ ਸਰਕਾਰ ਇਸ ਗਾਇਕ ਦੇ ਸ਼ਬਦਾਂ ਨੂੰ ਕੰਟਰੋਲ ਕਰਦਿਆਂ ਕੋਈ ਕਾਰਵਾਈ ਕਰੇਗੀ ਜਾਂ ਨਹੀਂ ਕਰੇਗੀ ਇਹ ਵੀ ਵੱਡਾ ਸਵਾਲ ਹੈ ਅਗਲੀ ਖਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਨਾਲ ਜੁੜੀ ਹੋਈ ਹੈ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਪੰਜਾਬ ਦੇ ਵਿੱਚ ਹਾਲਾਂਕਿ ਇਸ ਮਸਲੇ ਦੇ ਉੱਤੇ ਸਿਆਸਤ ਸਦਾ ਹੀ ਗਰਮ ਰਹਿੰਦੀ ਹੈ ਕੋਈ ਵੀ ਚੋਣ ਹੋਵੇ ਤਾਂ ਵੀ ਇਹ ਮੁੱਦਾ ਭਖ ਜਾਂਦਾ ਹੈ ਤੇ ਆਮ ਜੇ ਇੱਕ ਦੂਸਰੀ ਦੇ ਉੱਤੇ ਸਿਆਸਤ ਕਰਨੀ ਹੋਵੇ ਤਾਂ ਇਹ ਸਭ ਤੋਂ ਵੱਡਾ ਮੁੱਦਾ ਇੱਕ ਹਥਿਆਰ ਬਣਾਇਆ ਹੋਇਆ ਹੈ ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਪੂਰੇ ਦਸਤਾਵੇਜ਼ਾਂ ਨੂੰ ਲੈ ਕੇ ਉਹ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦੂਰ ਤੇ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਜਦੋਂ ਡੇਰਾ ਮੁਖੀ ਨੇ 2007 ਵਿੱਚ ਸਾਈਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਚ ਉਨਾ ਕਿਹਾ ਕਿ ਜਦੋਂ ਡੇਰਾਮੁਖੀ ਨੇ 2007 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ਉਸ ਸਮੇਂ ਡੇਰਾਮੁਖੀ ਖਿਲਾਫ ਕੇਸ ਦਰਜ ਕੀਤੇ ਗਏ ਸੀ ਜਿਸ ਤੋਂ ਬਾਅਦ ਅਚਾਨਕ 2012 ਦੀਆਂ ਚੋਣਾਂ ਸਮੇਂ ਆਕਾਲੀ ਦਲ ਨੇ ਚੋਣਾਂ ਤੋਂ 3 ਦਿਨ ਪਹਿਲਾਂ ਹੀ ਡੇਰਾਮੁਖੀ ਤੇ ਹੋਏ ਪਰਚਿਆਂ ਨੂੰ ਰੱਦ ਕਰ ਦਿੱਤਾ ਸੀ ਇਹ ਉਹ ਫੈਕਟ ਤੇ ਫਿਗਰਸ ਕੱਢ ਕੇ ਲਿਆਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਆਕਾਲੀ ਦਲ ਦੀਆਂ ਕਮਜ਼ੋਰੀਆਂ ਕਰਕੇ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਕਿਉਂਕਿ ਇਹ ਮਸਲਾ ਸਿਰਫ ਤੇ ਸਿਰਫ ਵੋਟਾਂ ਦਾ ਸੀ ਉਹਨਾਂ ਕਿਹਾ ਕਿ ਉਸ ਸਮੇਂ ਪੰਜਾਬ ਪੁਲਿਸ ਨੇ ਜਿਹੜੇ ਯੂ ਟਰਨ ਮਾਰੇ ਸੀ ਇਸ ਮਾਮਲੇ ਮਾਮਲੇ ਦੇ ਉੱਤੇ ਉਸ ਨੇ ਉਹਨਾਂ ਦੇ ਕੋਲ ਸਾਰੇ ਦਸਤਾਵੇਜ਼ ਮੌਜੂਦ ਨੇ ਉਹਨਾਂ ਨੇ ਸੁਖਬੀਰ ਬਾਦਲ ਤੇ ਪੰਜਾਬ ਪੁਲਿਸ ਨੂੰ ਘੇਰਿਆ ਹੈਗਾ ਕਿਹਾ ਕਿ 2007 ਦੇ ਵਿੱਚ ਡੇਰਾ ਮੁਖੀ ਨੇ ਸਵਾਗਰ ਰਚਿਆ ਸੀ ਜਾਂ ਨਹੀਂ ਜਾਮੇ ਇਨਸਾਂ ਪਿਆ ਆਇਆ ਸੀ ਜਾਂ ਨਹੀਂ ਇਸ ਦਾ ਜਵਾਬ ਸੁਖਬੀਰ ਬਾਦਲ ਨੂੰ ਦੇਣਾ ਚਾਹੀਦਾ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਕਾਲੀ ਦਲ ਹੁਣ ਸੌਦਾ ਦਲ ਬਣ ਗਿਆ ਹੈਗਾ ਜਾਖਰ ਦੇ ਨਾਂ ਇਲਜ਼ਾਮਾਂ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੇ ਸੀਨੀਅਰ ਲੀਡਰ ਬੋਲਦੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਤੇ ਸਿਰਫ ਦੋਸ਼ੀਆਂ ਨੂੰ ਬਚਾਉਣ ਦੇ ਲਈ ਇਸ ਮਸਲੇ ਨੂੰ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ ਹੀ ਵਰਤਣਾ ਚਾਹੁੰਦੀ ਹੈ ਅਗਲੀ ਵੱਡੀ ਖਬਰ ਗੁਰਦਾਸਪੁਰ ਤੋਂ ਆਈ ਜਿੱਥੇ ਬੀਐਸਐਫ ਨੇ 60 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਪਾਕਿਸਤਾਨ ਵਾਲੇ ਪਾਸਿਓਂ ਇਹ ਕੰਟਰੋਲ ਕੀਤੀ ਜਾ ਰਹੀ ਜਿਸ ਨੂੰ ਬੀਐਸਐਫ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਇਹ ਹੈਰੋਇਨ ਨੰਗਲੀ ਗਾਂਠ ਪੋਸਟ ਦੇ ਨੇੜੇ ਰਾਵੀ ਦਰਿਆ ਦੇ ਵਿੱਚੋਂ ਬਰਾਮਦ ਹੋਈ ਹੈ ਇਹਦੀ ਕੀਮਤ 100 ਕਰੋੜ ਰੁਪਏ ਦੱਸੀ ਜਾ ਰਹੀ ਹੈ 19 ਤਰੀਕ ਦੀ ਸਵੇਰ 2:45 ਤੇ ਬੀਐਸਐਫ ਦੇ ਜਵਾਨਾਂ ਨੂੰ 100 ਮਿਲੀ ਤਾਂ ਹੈ ਹੈਰੋਇਨ ਹੈ ਜਿਹੜੀ ਉਹ ਤੜਕੇ ਸਵੇਰੇ ਫੜੀ ਗਈ ਉਸ ਤੋਂ ਬਾਅਦ ਬੀਐਸਐਫ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਹੈ ਜਿਹੜਾ ਉਹ ਜਾਰੀ ਰੱਖਿਆ ਗਿਆ ਬੀਐਸਐਫ ਦੇ ਡੀਆਈਜੀ ਮੁਤਾਬਕ ਇਸ ਹੈਰੋਇਨ ਨੂੰ ਪੈਕਟਾਂ ਵਿੱਚ ਪਾ ਕੇ ਕੱਪੜੇ ਦੀ ਪਾਈਪ ਦੇ ਰਾਹੀਂ ਰਾਵੀ ਦਰਿਆ ਦੇ ਵਿੱਚ ਛੱਡਿਆ ਗਿਆ ਸੀ ਜਿਸ ਨੂੰ ਪਾਕਿਸਤਾਨ ਦੇ ਤਸਕਰਾਂ ਦੇ ਵੱਲੋਂ ਇਧਰ ਭੇਜਿਆ ਜਾ ਰਿਹਾ ਸੀ ਕਾਦੀਆਂ ਦੇ ਇੱਕ ਸਕੂਲ ਦੇ ਸਾਬਕਾ ਪ੍ਰਿੰਸੀਪਲ ਅਤੇ ਉਸ ਦੀ ਪਤਨੀ ਖਬਰ ਕਾਦੀਆਂ ਤੋਂ ਹੈ ਜਿੱਥੇ ਇੱਕ ਸਕੂਲ ਦੇ ਸਾਬਕਾ ਪ੍ਰਿੰਸੀਪਲ ਅਤੇ ਉਸ ਦੀ ਪਤਨੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਸਾਬਕਾ ਪ੍ਰਿੰਸੀਪਲ ਦਾ ਨਾਮ ਰਾਜੀਵ ਨਾਰਿਆਲ ਹੈ ਪਤਨੀ ਦਾ ਨਾਮ ਅੰਜਨਾ ਨਾਰਿਆਲ ਇਨਾਂ ਦੇ ਖਿਲਾਫ ਸਕੂਲ ਦੇ ਡਾਇਰੈਕਟਰ ਮਨੋਹ ਲਾਲ ਸ਼ਰਮਾ ਦੀ ਸ਼ਿਕਾਇਤ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਉਹ ਸਕੂਲ ਨੂੰ 40 ਸਾਲਾਂ ਤੋਂ ਚਲਾ ਰਹੇ ਨੇ ਜਿਹੜੇ ਡਾਇਰੈਕਟਰ ਨੇ ਉਹ ਕਹਿੰਦੇ ਨੇ ਕਿ ਮੈਂ ਸਕੂਲ ਨੂੰ 40 ਸਾਲਾਂ ਤੋਂ ਚਲਾ ਰਿਹਾ ਤੇ 1 ਦਸੰਬਰ 2011 ਤੋਂ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਰਾਜੀਵ ਨਾਰੀਅਲ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਉਸਦੀ ਪਤਨੀ ਅੰਜਨਾ ਨਾਰੀਅਲ ਨਸਰੀ ਤੋਤੀ ਸੀ ਕਲਾਸ ਦੇ ਜੂਨੀਅਰ ਵਿੰਗ ਦੀ ਇੰਚਾਰਜ ਸੀ ਜਦੋਂ ਉਹਨਾਂ ਨੂੰ ਟਿਊਸ਼ਨ ਫੀਸ ਤੇ ਦਾਖਲਾ ਫੀਸ ਸੰਬੰਧੀ ਸ਼ੱਕ ਪਿਆ ਤਾਂ ਰਿਕਾਰਡ ਚੈੱਕ ਕਰਨ ਤੇ ਪਤਾ ਲੱਗਿਆ ਕਿ ਦੋਵਾਂ ਨੇ 15 ਲੱਖ ਤੋਂ ਵੱਧ ਰੁਪਏ ਦੀਆਂ ਬੈਂਕ ਦੀਆਂ ਜਾਲੀ ਸਲਿੱਪਾਂ ਤਿਆਰ ਕਰਕੇ ਹਿਰਾਫੇਰੀ ਕੀਤੀ ਹੈ ਜਿਸ ਤੋਂ ਬਾਅਦ ਏਐਸਐਸਪੀ ਬਟਾਲਾ ਦੇ ਹੁਕਮਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ ਦੋਵਾਂ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ ਹੈ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਸੁਲਤਾਨਵਿੰਡ ਰੋਡ ਤੇ ਤੇਜਨਗਰ ਇਲਾਕੇ ਦੇ ਵਿੱਚ ਪੱਖਿਆਂ ਦੀ ਫੈਕਟਰੀ ਦੀ ਇਮਾਰਤ ਦੀ ਤੀਜੀ ਮੰਜ਼ਲ ਤੇ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ ਫਾਇਰ ਬ੍ਰਿਗੇਡ ਅਧਿਕਾਰੀ ਦੇ ਮੁਤਾਬਕ ਜਿੱਥੇ ਪੱਖਿਆਂ ਨੂੰ ਰੰਗ ਕੀਤਾ ਜਾਂਦਾ ਹੈ ਉੱਥੇ ਅੱਗ ਲੱਗੀ ਸੀ ਫੈਕਟਰੀ ਦੇ ਵਿੱਚ ਪੱਖਿਆਂ ਨੂੰ ਰੰਗ ਕਰਨ ਦੇ ਲਈ ਜਿਹੜੀ ਵਰਤੀ ਜਾਂਦੀ ਪੱਠੀ ਸੀ ਉਹ ਤੋਂ ਸ਼ੁਰੂ ਹੋ ਕੇ ਅੱਗ ਫੈਲੀ 2 ਘੰਟੇ ਦੀ ਸਖਤ ਮਿਹਨਤ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਮੋਹਾਲੀ ਤੋਂ ਖਬਰ ਹੈ ਜਿੱਥੇ ਪਿੰਡ ਘੜੂਆ ਦੀ ਸੰਗਣੀ ਆਬਾਦੀ ਦੇ ਵਿੱਚ ਇੱਕ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਸਥਿਤ ਸੀ ਉਸ ਨੂੰ ਰਾਤ ਨੂੰ ਲੁੱਟ ਲਿਆ ਦੋ ਅਣਪਛਾਤੇ ਲੁਟੇਰੇ ਕਰੀਬ 9 ਲੱਖ ਰੁਪਏ ਲੁੱਟ ਕੇ ਲੈ ਗਏ ਕਰੂਜ਼ ਗੱਡੀ ਤੇ ਸਵਾਰ ਹੋ ਕੇ ਆਏ ਸੀ ਗਾਰਡ ਕੋਈ ਹੈ ਨਹੀਂ ਸੀ ਤੇ ਇਹ ਕੱਟ ਕੇ ਏਟੀਐਮ ਨੂੰ ਉਸ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਪੁਲਿਸ ਨੇ ਬੈਂਕ ਅਧਿਕਾਰੀ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੰਜਾਬ ਨਾਲ ਸੰਬੰਧਿਤ ਭਾਰਤੀ ਕ੍ਰਿਕਟ ਖਿਡਾਰੀ ਹਰਪਜਨ ਸਿੰਘ ਨੇ ਦੱਸਿਆ ਖੁਦ ਟਵੀਟ ਕਰਕੇ ਹਾਲਾਂਕਿ ਕੱਲ ਵੀ ਇਹ ਖਬਰ ਪੜ੍ਹੀ ਸੀ ਪਰ ਉਹਨਾਂ ਨੇ ਇੱਕ ਹੋਰ ਸਪਸ਼ਟ ਕਰਨ ਵਾਲਾ ਟਵੀਟ ਕੀਤਾ ਹੈ ਕਿ ਖੇਲ ਰਤਨ ਅਵਾਰਡ ਤੋਂ ਉਹਨਾਂ ਦੀ ਨਾਮਜ਼ਦਗੀ ਪੰਜਾਬ ਸਰਕਾਰ ਨੇ ਕਿਹੜੀ ਗੱਲਾਂ ਵਾਪਸ ਲਈ ਹੈ। ਉਹਨਾਂ ਨੇ ਲਿਖਿਆ ਕਿ ਮੇਰੀ ਖੇਡ ਰਤਨ ਲਈ ਨਾਮਜ਼ਦਗੀ ਨੂੰ ਲੈ ਕੇ ਬਹੁਤ ਸਾਰੇ ਸ਼ੱਕ ਤੇ ਕਿਆਸ ਲਾਏ ਜਾ ਰਹੇ ਨੇ ਇਸ ਲਈ ਮੈਂ ਸਪਸ਼ਟ ਕਰਦਾ ਕਿ ਪਿਛਲੇ ਸਾਲ ਨਾਮਜ਼ਦਗੀ ਦੇਰੀ ਨਾਲ ਭੇਜੀ ਗਈ ਸੀ ਪਰ ਇਸ ਸਾਲ ਮੈਂ ਆਪ ਪੰਜਾਬ ਸਰਕਾਰ ਨੂੰ ਆਪਣਾ ਨਾਮ ਵਾਪਸ ਲੈਣ ਲਈ ਕਿਹਾ ਕਿਉਂਕਿ ਮੈਨੂੰ ਖੁਦ 3 ਸਾਲ ਦੇ ਕ੍ਰਾਈਟੇਰੀਆ ਮੁਤਾਬਕ ਲੱਗਦਾ ਹੈ ਕਿ ਮੈਂ ਖੇਡ ਰਤਨ ਦੀ ਯੋਗਤਾ ਨੂੰ ਪੂਰਾ ਨਹੀਂ ਕਰਦਾ ਇਸ ਲਈ ਪਿਛਲੇ 3 ਸਾਲਾਂ ਦਾ ਖੇਡ ਦੇ ਖੇਤਰ ਵਿੱਚ ਕੋ ਮੰਤਰੀ ਪ੍ਰਦਰਸ਼ਨ ਦੇਖਿਆ ਜਾਂਦਾ ਇੱਕ ਹੋਰ ਟਵੀਟ 'ਚ ਉਹਨਾਂ ਨੇ ਕਿਹਾ ਸੀ ਕਿ ਇਸ ਇਹਦੇ ਵਿੱਚ ਪੰਜਾਬ ਸਰਕਾਰ ਦੀ ਕੋਈ ਗਲਤੀ ਨਹੀਂ ਹੈ ਮੈਂ ਅਪੀਲ ਕਰਦਾ ਕਿ ਇਸ ਬਾਰੇ ਕੋਈ ਹੋਰ ਗਲਤ ਕਿਆਸ ਨਾ ਲਾਏ ਜਾਣ। ਹੁਣ ਇੱਕ ਹੋਰ ਅਹਿਮ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਦੇਹਾਂ ਬਦਲਣ ਦੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ। ਮਾਮਲਾ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਕਰੋਨਾ ਨਾਲ ਮਰੇ ਦੋ ਵਿਅਕਤੀਆਂ ਦੀਆਂ ਦੇਹਾਂ ਬਦਲਣ ਦਾ ਹੈ। ਇਥੇ ਪਦਮਾਵਾਸੀ ਔਰਤ ਅਤੇ ਪ੍ਰੀਤਮ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਰੋਨਾ ਦੇ ਨਾਲ ਮੌਤ ਹੋਈ ਸੀ ਇਸ ਹਸਪਤਾਲ ਦੇ ਵਿੱਚ ਦੋਵਾਂ ਦੀਆਂ ਦੇਹਾਂ ਮਰਦਾ ਘਰ ਦੇ ਵਿੱਚ ਰੱਖੀਆਂ ਗਈਆਂ ਸੀ ਤੇ লাশਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ 18 ਜੁਲਾਈ ਨੂੰ ਦੋਵੇਂ ਦੇਹਾਂ ਵੱਖ-ਵੱਖ ਥਾਵਾਂ ਤੇ ਚਲੀਆਂ ਗਈਆਂ ਤੇ ਜਦੋਂ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਦੇ ਦਾ ਸੰਸਕਾਰ ਕਰਨ ਲੱਗੇ ਤਾਂ ਇੱਕ ਮੈਂਬਰ ਨੇ লাশ ਦਾ ਚਿਹਰਾ ਦੇਖਣ ਦੀ ਇੱਛਾ ਪ੍ਰਗਟਾਈ ਜਦੋਂ লাশ ਦੇਖੀ ਤਾਂ ਦੇਖ ਕੇ ਘਬਰਾ ਗਏ ਕਿਉਂਕਿ লাশ ਬੰਦੇ ਦੀ ਹੋਣੀ ਚਾਹੀਦੀ ਸੀ ਪ੍ਰੀਤਮ ਸਿੰਘ ਦੀ ਹੋਣੀ ਚਾਹੀਦੀ ਸੀ ਉਹਦੀ ਥਾਂ ਕਿਸੇ ਔਰਤ ਦੀ লাশ ਨਿਕਲੀ ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਪ੍ਰੀਤਮ ਸਿੰਘ ਦੀ লাশ ਦਾ ਸਸਕਾਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਮੂੰਹ ਨਹੀਂ ਦੇਖਿਆ ਹੈਗਾ ਮ੍ਰਿਤਕ ਔਰਤ ਪਦਮਾ ਦਾ ਜਦੋਂ ਪਦਮਾ ਦੇ ਪਿਤਾ ਦਵਿੰਦਰ ਹੀਰਾ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਪ੍ਰਸ਼ਾਸਨ ਵੱਲੋਂ ਆਖਿਆ ਗਿਆ ਹੈ ਕਿ ਸ਼ਮਸ਼ਾਨ ਘਾਟ ਪਹੁੰਚਣ ਜਿੱਥੇ ਦੇਹ ਨੂੰ ਸੰਸਕਾਰ ਦੇ ਲਈ ਲਿਆਂਦਾ ਗਿਆ ਤੇ ਫਿਰ ਪਦਮਾ ਦਾ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸੰਸਕਾਰ ਕਰ ਦਿੱਤਾ ਗਿਆ ਉਸ ਦੀ ਦੇਹ ਨੂੰ ਟਾਂਡਾ ਤੋਂ ਇੱਥੇ ਭੇਜਿਆ ਗਿਆ ਹੁਸ਼ਿਆਰਪੁਰ ਤੋਂ ਯਾਨੀ ਕਿ ਉਸ ਔਰਤ ਦੀ ਪਦਮਾ ਦੀ ਦੇਹ ਹੈ ਜਿਹੜੀ ਅੰਮ੍ਰਿਤਸਰ ਆ ਗਈ ਤੇ ਪਰਿਵਾਰਿਕ ਮੈਂਬਰਾਂ ਨੇ ਉਹਦਾ ਵੀ ਸੰਸਕਾਰ ਕੀਤਾ ਤੇ ਪਹਿਲਾਂ ਭੁਲੇਖੇ ਨਾਲ ਉਹਨਾਂ ਨੇ ਪ੍ਰੀਤਮ ਸਿੰਘ ਨੂੰ ਪਦਮਾ ਸਮਝ ਕੇ ਉਸਦਾ ਵੀ ਸੰਸਕਾਰ ਕਰ ਦਿੱਤਾ ਸੀ ਪਰ ਜਿਹੜੇ ਪ੍ਰੀਤਮ ਸਿੰਘ ਦੇ ਘਰ ਦੇ ਸੀ ਉਹ ਵਿਚਾਰੇ ਉਹ ਆਪਣੇ ਪਰਿਵਾਰਿਕ ਮੈਂਬਰ ਦਾ ਮੂੰਹ ਦੇਖਣ ਤੋਂ ਵੀ ਰਹਿ ਗਏ ਕਿੰਨੀ ਵੱਡੀ ਲਾਪਰਵਾਹੀ ਹੈ ਉਹ ਤਾਂ ਪ੍ਰੀਤਮ ਸਿੰਘ ਦੇ ਘਰਦਿਆਂ ਨੇ ਜਦੋਂ ਕਿਸੇ ਇੱਕ ਪਰਿਵਾਰਕ ਮੈਂਬਰ ਨੇ ਮੂੰਹ ਦੇਖਣ ਦੀ ਇੱਛਾ ਪ੍ਰਗਟਾਈ ਫੇਰ ਇਸ ਇੰਨੀ ਵੱਡੀ ਹਨ ਗਹਿਲੀ ਤੋਂ ਪਰਦਾ ਉੱਠਿਆ ਨਹੀਂ ਤਾਂ ਇਸੇ ਤਰ੍ਹਾਂ ਸੰਸਕਾਰ ਹੋ ਜਾਣਾ ਸੀ ਪਤਾ ਹੀ ਨਹੀਂ ਸੀ ਲੱਗਣਾ ਕਿ ਪ੍ਰੀਤਮ ਸਿੰਘ ਦਾ ਸੰਸਕਾਰ ਉੱਧਰ ਹੋ ਗਿਆ ਤੇ ਪਦਮਾ ਦਾ ਪ੍ਰੀਤਮ ਸਿੰਘ ਦੇ ਥਾਂ ਤੇ ਹੋ ਗਿਆ ਤੇ ਇਹ ਵੀ ਇੱਕ ਇੱਕ ਦੇਖੋ ਕਿੰਨੀ ਅਜੀਬ ਗੱਲ ਹੈ ਕਿ ਪਦਮਾ ਦੇ ਘਰਦਿਆਂ ਨੇ ਪ੍ਰੀਤਮ ਸਿੰਘ ਦਾ ਵੀ ਸੰਸਕਾਰ ਕੀਤਾ ਤੇ ਪਦਮਾ ਦਾ ਵੀ ਕੀਤਾ ਪ੍ਰੀਤਮ ਸਿੰਘ ਦਾ ਪਹਿਲਾਂ ਪਦਮਾ ਦੇ ਪੁਲੇਖੇ ਵਿੱਚ ਫਿਰ ਪਦਮਾ ਦਾ ਖੁਦ ਦਾ ਵੀ ਕੀਤਾ ਸੰਸਕਾਰ ਤੇ ਪਦਮਾ ਦੇ ਭਰਾ ਵਿਕਾਸ ਨੇ ਫਿਰ ਪ੍ਰੀਤਮ ਸਿੰਘ ਦੇ ਪਰਿਵਾਰ ਕੋਲੋਂ ਮਾਫੀ ਵੀ ਮੰਗੀ ਕਿ ਉਹਨਾਂ ਨੇ ਪਦਮਾ ਦੀ ਥਾਂ ਭੁਲੇਖੇ ਦੇ ਨਾਲ ਪ੍ਰੀਤਮ ਸਿੰਘ ਦੀ ਦੇਹ ਦਾ ਸੰਸਕਾਰ ਕਰ ਦਿੱਤਾ। ਮਾਮਲੇ ਦੀ ਜਾਂਚ ਐਸਟੀਐਮ ਡਾਕਟਰ ਸ਼ਿਵਰਾਜ ਬੱਲ ਨੂੰ ਸੌਂਪੀ ਗਈ ਜਿਹੜੇ ਕਿ ਜਾਂਚ ਮੰਗਰੂ ਆਪਣੀ ਰਿਪੋਰਟ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪਣਗੇ ਤੇ ਅਗਲੀ ਰੀ ਕਾਰਵਾਈ ਜਿਹੜੀ ਉਹ ਹੋਵੇਗੀ ਐਨੀ ਵੱਡੀ ਅਣਗਹਿਲੀ ਦੇ ਵਿੱਚ ਦਰਅਸਲ ਜਦੋਂ ਹਸਪਤਾਲ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਡਾਕਟਰ ਇਸ ਦੀ ਪੁਸ਼ਟੀ ਕਰਦਾ ਹੈ ਉਸ ਦੇ ਵੱਲੋਂ ਹੀ ਰਾਹਦਾਰੀ ਦਿੱਤੀ ਜਾਂਦੀ ਹੈ ਯਾਨੀ ਕਿ ਲਿਖ ਕੇ ਦਿੱਤਾ ਜਾਂਦਾ ਹੈ ਕਿ ਇਸ ਹੁਣ ਮ੍ਰਿਤਕ ਦੇ ਨੂੰ ਐਂਬੂਲੈਂਸ ਦੇ ਵਿੱਚ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ ਜਾਵੇਗਾ ਪਰਿਵਾਰਕ ਮੈਂਬਰ ਵੀ ਨਾਲ ਹੀ ਹੁੰਦੇ ਨੇ ਤਕਰੀਬਨ ਤੇ ਦਰਜਾ ਚਾਰ ਕਰਮਚਾਰੀ ਨੇ ਜਿਹੜੇ ਉਹ ਕਹਿੰਦੇ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਇਹਦੇ ਵਿੱਚ ਇਹ ਸਿਰਫ ਡਾਕਟਰਾਂ ਦੀ ਗਲਤੀ ਹੈ ਤੇ ਇਸ ਪੂਰੇ ਮਸਲੇ ਦੇ ਵਿੱਚ ਦੋ ਦਰਜਾਚਾਰ ਕਰਮਚਾਰੀ ਵੀ ਮੁਅਤਲ ਕਰ ਦਿੱਤੇ ਨੇ ਅਧਿਕਾਰੀ ਕਹਿੰਦੇ ਨੇ ਕਿ ਇਹ ਗਲਤੀ ਹੈ ਜਿਹੜੀ ਮ੍ਰਿਤਕ ਦੇਹਾਂ ਉੱਤੇ ਗਲਤ ਪਰਚੀਆਂ ਲਾਉਣ ਦੇ ਕਾਰਨ ਹੋਈ ਹੈ ਤੇ ਹੁਣ ਦੋ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਹੈ ਜਿਹੜੀ ਉਹ ਸੌਂਪੀ ਜਾਏਗੀ ਤੇ ਹੁਣ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਜਾਂਚ ਕਮੇਟੀ ਬਣਾਈ ਹੈ ਜਿਹੜੀ ਦੋ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ ਕਿ ਕਿੱਥੇ ਗਲਤੀ ਹੋਈ ਹੈ ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਰਾਜਧਾਨੀ ਦਿੱਲੀ ਤੋਂ ਹੈ ਜਿੱਥੇ ਜਾਣਕਾਰੀ ਦਿੱਤੀ ਗਈ ਹੈ ਕਿ AIMS ਦੇ ਵਿੱਚ ਵੈਕਸੀਨ ਉੱਤੇ ਕਲੀਨिकल ਟਰਾਇਲ ਹੈ ਜਿਹੜਾ ਉਹ ਸਿਰਫ ਦਿੱਲੀ ਤੇ NCR ਵਿੱਚ ਰਹਿਣ ਵਾਲੇ ਲੋਕਾਂ ਦੇ ਉੱਤੇ ਹੀ ਕੀਤਾ ਜਾਵੇਗਾ ਦਿੱਲੀ NCR ਦੇ 18 ਤੋਂ 55 ਸਾਲ ਦੇ ਤੰਦਰੁਸਤ ਲੋਕ ਨੰਬਰਾਂ ਦੇ ਉੱਤੇ ਈਮੇਲ ਤੇ ਮੈਸੇਜ ਭੇਜ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ ਇਸ ਕੋਸ਼ਿਸ਼ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਵੈਕਸੀਨ ਦੀਆਂ ਦੋ ਡੋਜ਼ਾਂ ਦਿੱਤੀਆਂ ਜਾਣਗੀਆਂ ਡੇਲੀ ਡੋਸ ਅਤੇ ਦੂਸਰੀ ਡੋਸ ਦੇ ਵਿਚਕਾਰ 2 ਹਫਤਿਆਂ ਦਾ ਫਰਕ ਹੋਵੇਗਾ ਤੇ ਇਹ ਵੈਕਸੀਨ ਇੰਜੈਕਸ਼ਨ ਦੇ ਰਾਹੀਂ ਦਿੱਤੀ ਜਾਵੇਗੀ ਯਾਨੀ ਕਿ ਭਾਰਤ ਦੇ ਵਿੱਚ ਜਿਹੜੀ ਕੋ-ਵੈਕਸੀਨ ਦਵਾਈ ਹੈਗੀ ਹੈ ਉਸ ਦਾ ਜਿਹੜਾ ਮਨੁੱਖੀ ਟਰਾਇਲ ਹੈ ਉਹ ਸ਼ੁਰੂ ਹੋ ਗਿਆ ਹੈ ਪਿਛਲੇ ਦਿਨੀ ਜਾਣਕਾਰੀ ਮਿਲੀ ਸੀ ਕਿ ਹਰਿਆਣਾ ਦੇ ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਸੀ ਕਿ ਪਜੀ ਰੋਧਕ ਦੇ ਵਿੱਚ ਵੀ ਟਰਾਇਲ ਸ਼ੁਰੂ ਹੋ ਚੁੱਕਿਆ ਹੈ ਤੇ ਦਿੱਲੀ ਦੇ ਵਿੱਚ ਏਮਸ ਹਸਪਤਾਲ ਦੇ ਵਿੱਚ ਟਰਾਇਲ ਹੋਵੇਗਾ ਪਰ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਉੱਤੇ ਕੀਤਾ ਜਾਵੇਗਾ ਅਗਲੀ ਖਬਰ ਹੈ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਵਾਧੇ ਦੇ ਮਾਮਲਿਆਂ ਦੇ ਕਾਰਨ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਮੁਰਤ ਤੋਂ ਲਾਕਡਾਊਨ ਲਾਏ ਜਾ ਰਹੇ ਨੇ ਕਰਨਾਟਕਾ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਵਿੱਚ 23 ਜੁਲਾਈ ਤੱਕ ਲਾਕਡਾਊਨ ਲਾ ਦਿੱਤਾ ਗਿਆ ਹੈ ਸਵੇਰੇ 8 ਤੋਂ 11 ਵਜੇ ਤੱਕ ਲਾਕਡਾਊਨ ਦੇ ਵਿੱਚ ਇਥੇ ਰਾਹਤ ਮਿਲੇਗੀ ਮੰਗਲਰੂ ਦੇ ਵਿੱਚ ਵੀ 23 ਜੁਲਾਈ ਤੱਕ ਲਾਕਡਾਊਨ ਲਾ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਤੋਂ ਖਬਰ ਹੈ ਅਗਲੀ ਜਿੱਥੇ ਮੁੱਖ ਸੇਤ ਸਕੱਤਰ ਅਮਿਤ ਮੋਹਨ ਨੇ ਯੂਪੀ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਚਿੱਠੀ ਲਿਖੀ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਦੇ ਹੋਟਲਾਂ ਦੇ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਇਹਨਾਂ ਹੋਟਲਾਂ ਦੇ ਵਿੱਚ ਜਿਹੜੇ ਕੋਵਿਡ ਕੇਅਰ ਸੈਂਟਰ ਬਣਨਗੇ ਉੱਥੇ ਇੱਕ ਦਿਨ ਦਾ ਕਿਰਾਇਆ 1500 ਰੁਪਏ ਹੋਏਗਾ ਯਾਨੀ ਕਿ ਇੱਕ ਬੈੱਡ ਦਾ ਕਿਰਾਇਆ ਹੈਗਾ ਜਿਹੜਾ ਉਹ 1500 ਰੁਪਏ ਹੋਏਗਾ ਤੇ ਆਪਣੇ ਜ਼ਿਲ੍ਹੇ ਦੇ ਹੋਟਲਾਂ ਦੇ ਵਿੱਚ ਜਿਹੜੇ ਕੋਵਿਡ ਕੇਅਰ ਸੈਂਟਰ ਬਣਨਗੇ ਉੱਥੇ ਮਰੀਜ਼ਾਂ ਨੂੰ ਰਹਿਣ ਦਾ ਖਰਚਾ ਖੁਦ ਚੁਕਾਉਣਾ ਪਏਗਾ ਸਿਹਤ ਸਕੱਤਰ ਨੇ ਇਹ ਵੀ ਹਦਾਇਤ ਜਾਰੀ ਕੀਤੀ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਇਹ ਵੀ ਯਕੀਨੀ ਬਣਾਉਣ ਕਿ ਦੋ ਵਿਅਕਤੀਆਂ ਦੇ ਰਹਿਣ ਦਾ ਖਰਚਾ 2000 ਤੋਂ ਵੱਧ ਨਾ ਹੋਵੇ ਤੇ ਇੱਕ ਵਿਅਕਤੀ ਦੇ ਰਹਿਣ ਦਾ ਖਰਚਾ 1500 ਰੁਪਏ ਤੋਂ ਵੱਧ ਨਾ ਹੋਵੇ ਅਗਲੀ ਖਬਰ ਵੀ ਉੱਤਰ ਪ੍ਰਦੇਸ਼ ਤੋਂ ਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ ਟੈਸਟਿੰਗ ਸਪੀਡ ਵਧੀ ਹੈ ਤੇ ਰੋਜ਼ਾਨਾ 50 ਹਜ਼ਾਰ ਲੋਕਾਂ ਦੀ ਜਾਂਚ ਹੋ ਰਹੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਤੱਕ 4736 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨੇ ਇਹਨਾਂ ਵਿੱਚੋਂ 1108 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 28664 ਲੋਕ ਠੀਕ ਹੋ ਚੁੱਕੇ ਨੇ ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਅਗਲੀ ਖਬਰ ਦਿੱਲੀ ਤੋਂ ਹੈ ਜਿੱਥੇ ਭਾਰੀ ਮੀਂਹ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਪਿਆ ਹੈਗਾ ਐਤਵਾਰ ਨੂੰ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਅੱਜ ਵਾਰ ਨੂੰ ਮਿੰਟੋ ਰੋਡ ਸਥਿਤ ਬ੍ਰਿਜ ਦੇ ਥੱਲੇ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬ ਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਡੀटीसी ਦੀ ਬੱਸ ਤੇ ਇੱਕ ਔਟੋ ਪਾਣੀ ਦੇ ਵਿੱਚ ਫਸ ਗਿਆ ਸੀ। ਮੌਕੇ ਤੇ ਪਹੁੰਚੇ ਅੱਗ ਬੁਝਾਊ ਵਿਭਾਗ ਨੇ ਬੱਸ ਦੇ ਵਿੱਚ ਫਸੇ ਹੋਏ ਡਰਾਈਵਰ ਕੰਡਕਟਰ ਤੇ ਔਟੋ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਕੁਝ ਦੇਰ ਬਾਅਦ ਪਾਣੀ ਦੇ ਵਿੱਚ ਇੱਕ Laash ਤੈਰਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਇੱਕਦਮ ਭਜਦੌੜ ਮਚ ਗਈ। लाश ਨੂੰ ਪਾਣੀ ਚੋਂ ਬਾਹਰ ਕੱਢਿਆ ਗਿਆ ਮ੍ਰਿਤਕ ਦੀ ਪਛਾਣ ਕੁੰਦਨ ਸਿੰਘ ਦੇ ਰੂਪ ਚ ਹੋਈ ਹੈ ਜੋ ਕਿ ਇੱਕ ਟੈਂਪੂ ਡਰਾਈਵਰ ਹੈ ਜਾਣਕਾਰੀ ਮਿਲੀ ਹੈ ਕਿ ਮੱਧ ਦਿੱਲੀ ਤੋਂ ਕਨਾਟ ਪਲੇਸ ਵੱਲ ਆ ਰਿਹਾ ਸੀ ਤੇ ਪਾਣੀ ਵਿੱਚ ਫਸ ਕੇ ਇਸ ਦੀ ਮੌਤ ਹੋ ਗਈ ਸੋ ਦਿੱਲੀ ਦੇ ਵਿੱਚ ਜਿਹੜੀ ਅਚਾਨਕ ਇੰਨੀ ਭਾਰੀ ਬਾਰਿਸ਼ ਹੋਈ ਹੈ ਇਸ ਦੇ ਵਿੱਚ ਕਿਸਤ ਕਦਰ ਜਿਹੜੇ ਵਾਹਨ ਨੇ ਡੁੱਬੇ ਨੇ ਉਸ ਦੀਆਂ ਤਸਵੀਰਾਂ ਤੁਸੀਂ ਵੀ ਜ਼ਰੂਰ ਦੇਖੀਆਂ ਹੋਣਗੀਆਂ ਖਬਰ ਕਰਨਾਟਕਾ ਤੋਂ ਹੈ ਜਿੱਥੇ ਸੂਰਾਂ ਦੇ ਝੁੰਡ ਨੂੰ ਇੱਕ ਕੋਵਿਡ-19 ਹਸਪਤਾਲ ਦੇ ਆਸ-ਪਾਸ ਖੁੱਲਿਆਂ ਘੁੰਮਦੇ ਹੋਏ ਦੇਖਿਆ ਜਾ ਸਕਦਾ ਹੈ ਇੱਥੇ ਮੌਜੂਦ ਲੋਕਾਂ ਨੂੰ ਇਹਨਾਂ ਸੂਰਾਂ ਨੂੰ ਦੇਖ ਕੇ ਜ਼ਰਾ ਵੀ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹ ਲੋਕ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਇਸ ਤਰ੍ਹਾਂ ਦੀ ਲਾਪਰਵਾਹੀ ਦੇ ਆਦੀ ਹੋ ਚੁੱਕੇ ਨੇ ਸੋ ਇਹ ਬਹੁਤ ਸ਼ਰਮਨਾਕ ਗੱਲ ਹੈਗੀ ਹੈ ਕਿ ਕਰਨਾਟਕ ਦੇ ਹਸਪਤਾਲ ਦੇ ਆਸ-ਪਾਸ ਹੀ ਨਹੀਂ ਹਸਪਤਾਲ ਦੇ ਵਿੱਚ ਵੀ ਸੂਰ ਨੇ ਜਿਹੜੇ ਉਹ ਆਰਾਮ ਨਾਲ ਘੁੰਮਦੇ ਦਿਖਾਈ ਦਿੰਦੇ ਨੇ ਕੋਰੀਡੋਰ ਦੇ ਵਿੱਚ ਆਰਾਮ ਦੇ ਨਾਲ ਸੂਰ ਨੇ ਜਿਹੜੇ ਉਹ ਘੁੰਮ ਰਹੇ ਨੇ ਤੇ ਕਰਨਾਟਕ ਦੇ ਵਿੱਚ ਕਰੋਨਾ ਦੇ 4537 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਇੱਕ ਦਿਨ ਦੇ ਵਿੱਚ ਇਹ ਸਭ ਤੋਂ ਵੱਡਾ ਅੰਕੜਾ ਹੈ ਮਾਮਲਿਆਂ ਦੇ ਸਾਹਮਣੇ ਆਉਣ ਦਾ ਤੇ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 85652 ਹੋ ਚੁੱਕੀ ਹੈ ਤੇ ਇੱਥੇ ਕਿਸ ਕਦਰ ਸਿਹਤ ਪ੍ਰਬੰਧਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਤੁਸੀਂ ਸੁਣੀ ਚੁੱਕੇ ਹੋ ਖਬਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਹੈ ਜਿੱਥੇ ਹਰਿਆਣਾ ਬੀਜੇਪੀ ਦੇ ਪ੍ਰਧਾਨ ਓਪੀ ਤਨਖੜ ਨੂੰ ਬਣਾ ਦਿੱਤਾ ਗਿਆ ਐਤਵਾਰ ਨੂੰ ਇਹ ਫੈਸਲਾ ਜਿਹੜਾ ਸੁਣਾਇਆ ਗਿਆ ਸੁਭਾਸ਼ ਬਰਾਲਾ ਪਹਿਲਾਂ ਹਰਿਆਣਾ ਦੇ ਵਿੱਚ ਬੀਜੇਪੀ ਪ੍ਰਧਾਨ ਹੁੰਦੇ ਸੀ ਜਿਸ ਦੀ ਥਾਂ ਹੁਣ ਓਪੀ ਤਨਖੜ ਲੈਣਗੇ ਰਾਜਸਥਾਨ ਦੇ ਵਿੱਚ ਜੋ ਸਿਆਸੀ ਸੰਕਟ ਚੱਲ ਰਿਹਾ ਹੈ ਉਸ ਦੇ ਦਰਮਿਆਨ ਦਿਗਵਜੇ ਸਿੰਘ ਨੇ ਸਚਨ ਪਾਇਲਟ ਨੂੰ ਇੱਕ ਸਲਾਹ ਦਿੱਤੀ ਹੈ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਜੇ ਸਿੰਘ ਨੇ ਸਚਨ ਪਾਇਲਟ ਨੂੰ ਕਿਹਾ ਕਿ ਉਹ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਨੂੰ ਨਾ ਛੱਡਣ ਸਿੰਧਿਆ ਵਰਗਾ ਕੁਝ ਨਾ ਕਰਨ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਬੀਜੇਪੀ ਸਰਕਾਰ ਤੇ ਨਿਸ਼ਾਨਾ ਲਾਇਆ ਹੈ ਕਰੋਨਾ ਵਾਇਰਸ ਅਤੇ ਚੀਨ ਸੁਮੇਦ ਕਈ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਝੂਠ ਨੂੰ ਫੈਲਾ ਰਹੀ ਹੈ ਮੋਦੀ ਸਰਕਾਰ ਤੇ ਹਮਲਾਵਰ ਰਹਿਣ ਵਾਲੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਨੇ ਤਿੰਨ ਪੁਆਇੰਟਾਂ ਦੇ ਵਿੱਚ ਟਵੀਟ ਕੀਤਾ ਮੋਦੀ ਸਰਕਾਰ ਤੇ ਹਮਲਾ ਕਰਦਿਆਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਤਿੰਨ ਟਵੀਟ ਕੀਤੇ ਨੇ ਤਿੰਨ ਪੁਆਇੰਟਾਂ ਦੇ ਵਿੱਚ ਕਿਹਾ ਕਿ ਕੋਵਿਡ-19 ਦੇ ਟੈਸਟ ਤੇ ਰੋਕ ਲਾਈ ਤੇ ਮਰਤਕਾਂ ਦੀ ਗਿਣਤੀ ਗਲਤ ਦਸੀ ਦੂਸਰਾ ਇਲਜ਼ਾਮ ਜੀਡੀਪੀ ਦੇ ਲਈ ਇੱਕ ਨਵੀਂ ਗਣਨਾ ਪદ્ધਤੀ ਲਾਗੂ ਕੀਤੀ ਤੀਸਰਾ ਚੀਨੀ ਹਮਲੇ ਦੇ ਉੱਤੇ ਪਰਦਾ ਪਾਉਣ ਦੇ ਲਈ ਮੀਡੀਆ ਨੂੰ ਡਰਾਇਆ ਤੇ ਇਹ ਵਹਿਮ ਜਲਦ ਹੀ ਟੁੱਟ ਜਾਏਗਾ ਤੇ ਦੇਸ਼ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਇਹ ਕਹਿ ਰਾਹੁਲ ਗਾਂਧੀ ਨੇ ਭਾਰਤ ਦੀਆਂ ਖਾਸ ਖਬਰਾਂ ਦੇ ਵਿੱਚ ਇੱਕ ਹੋਰ ਅਹਿਮ ਖਬਰ ਆ ਰਹੀ ਹੈ ਕਿ ਆਈਐਮਏ ਬੋਰਡ ਆਫ ਹਸਪਤਾਲ ਦੇ ਚੇਅਰਮੈਨ ਡਾਕਟਰ ਵੀਕੇ ਮੋਂਗਾ ਨੇ ਕਿਹਾ ਕਿ ਦੇਸ਼ ਦੇ ਵਿੱਚ ਕਰੋਨਾ ਦਾ ਸਮੁਦਾਇਕ ਫੈਲਾਅ ਸ਼ੁਰੂ ਹੋ ਚੁੱਕਿਆ ਹੈ। ਯਾਨੀ ਕਿ ਸਮੁਦਾਇਕ ਫੈਲਾਅ ਕਮਿਊਨਿਟੀ ਟ੍ਰਾਂਸਮਿਸ਼ਨ ਉਹ ਹੁੰਦਾ ਹੈ ਜਦੋਂ ਲੱਗਦਾ ਪਤਾ ਹੀ ਨਾ ਲੱਗੇ ਕਿ ਕਿੱਥੋਂ ਲੱਗ ਰਹੀ ਹੈ। ਉਹਨਾਂ ਕਿਹਾ ਕਿ ਹਾਲਾਤ ਦੇਸ਼ ਦੇ ਵਿੱਚ ਬਹੁਤ ਗੰਭੀਰ ਨੇ। ਇਸ ਦੇ ਪ੍ਰਮੁੱਖ ਕਾਰਨ ਨੇ ਜਿਹੜੇ ਉਹਨਾਂ ਦੇ ਵਿੱਚ ਮਜ਼ਦੂਰਾਂ ਦਾ ਪ੍ਰਵਾਸ ਅਤੇ ਕੋਵਿਡ-19 ਮਰੀਜ਼ਾਂ ਦੇ ਨਾਲ ਲਗਾਤਾਰ ਸੰਪਰਕ ਹਨ। ਉਹਨਾਂ ਕਿਹਾ ਕਿ ਅਸੀਂ ਸੱਚਮੁੱਚ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਵਿੱਚ ਦਾਖਲ ਹੋ ਚੁੱਕੇ ਆ ਭਾਵੇਂ ਸਰਕਾਰ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਪਰ ਆਲੇ ਦੁਆਲੇ ਦੇਖੀਏ ਤਾਂ ਲੋਕ ਤੇਜ਼ੀ ਨਾਲ ਕਰੋਨਾ ਦੀ ਲਪੇਟ ਵਿੱਚ ਆ ਰਹੇ ਨੇ ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਨੇ ਮਹੀਨਿਆਂ ਤੋਂ ਘਰੋਂ ਬਾਹਰ ਪੈਰ ਨਹੀਂ ਧਰਿਆ ਉਹਨਾਂ ਨੂੰ ਵੀ ਕਰੋਨਾ ਹੋ ਰਿਹਾ ਹੈ ਇੱਕ ਔਰਤ ਜੋ ਹਫ਼ਤੇ ਵਿੱਚ ਸਿਰਫ ਇੱਕ ਦਿਨ ਦੇ ਲਈ ਸਬਜ਼ੀਆਂ ਖਰੀਦਣ ਜਾਂਦੀ ਹੈ ਮਾਪਸੀ ਤੇ ਘਰ ਵਿੱਚ ਕਰੋਨਾ ਲੈ ਕੇ ਆਉਂਦੀ ਹੈ ਉਹਨਾਂ ਕਹੇ ਕਿ ਅਧਿਕਾਰੀ ਹਰ ਪੋਜ਼ਿਟਿਵ ਕੇਸ ਦਾ ਸੰਪਰਕ ਲੱਭਣ ਤੇ ਉਸ ਦਾ ਪਤਾ ਲਾਉਣ ਦੇ ਵਿੱਚ ਫੇਲ ਹੋ ਰਹੇ ਨੇ ਕੁਝ ਦਿਨ ਪਹਿਲਾਂ ਕੇਰਲਾ ਸਰਕਾਰ ਨੇ ਵੀ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਗੱਲ ਕਬੂਲੀ ਸੀ ਜਦ ਕਿ ਉਹਨਾਂ ਜ਼ਿਲ੍ਹਿਆਂ ਵਿੱਚ ਦਿੱਲੀ ਤੇ ਮਹਾਰਾਸ਼ਟਰ ਦੇ ਮੁਕਾਬਲੇ ਮਾਮਲੇ ਘਟਨੇ ਅਗਲੀ ਖਬਰ ਕਰੋਨਾ ਵਾਇਰਸ ਤੋਂ ਪੀੜਤ ਕਵੀ ਅਤੇ ਅਲਗਾਰ ਪ੍ਰਿਸ਼ਦ ਕੇਸ ਦੇ ਮੁਲਜ਼ਮ ਵਰਵਰਾ ਰਾਓ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀ ਹਾਲਤ ਵਿਗੜ ਗਈ ਹੈ ਨਾਨਾਵਤੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਨਿਊਰੋਲੋਜੀ ਤੇ ਪਿਸ਼ਾਬ ਦੀਆਂ ਸਮੱਸਿਆਵਾਂ ਦੇ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਹੈ 80 ਸਾਲ ਦੇ ਰਾਉ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਉਹ ਮੁੰਬਈ ਦੇ ਸਰਕਾਰੀ ਸੇਂਟ ਜੋਰਜ ਦੇ ਹਸਪਤਾਲ ਦੇ ਵਿੱਚ ਇਲਾਜ ਅਧੀਨ ਸਿਗੇ ਨਿਊਰੋ ਦੇ ਨਾਲ-ਨਾਲ ਹੁਣ ਪਿਸ਼ਾਬ ਦੀ ਸਮੱਸਿਆ ਵੀ ਉਹਨਾਂ ਦੀ ਗੰਭੀਰ ਹੋ ਚੁੱਕੀ ਹੈ ਤੇ ਪੰਜਾਬ ਅਤੇ ਹਰਿਆਣਾ ਦੇ ਨਾਲ ਆਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰੋਫੈਸਰ ਵਰਵਰਾ ਰਾਉ ਦੀ ਰਿਹਾਈ ਦੀ ਮੰਗ ਦੇ ਵਿੱਚ ਰੋਸ ਮੁਜ਼ਾਹਰੇ ਵੀ ਹੋ ਰਹੇ ਨੇ ਦੁਨੀਆ ਭਰ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਮੁਲਕਾਂ ਦੀ ਜਿੱਥੇ ਕਰੋਨਾ ਵਾਇਰਸ ਦਾ ਹਾਲੇ ਤੱਕ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਤੇ ਉਥੇ ਪੂਰੀ ਪੂਰੀ ਰਾਹਤ ਹੈ ਨਾਗਰਿਕਾਂ ਨੂੰ ਇਹ ਮੁਲਕ ਨੇ ਕਿਰੀਬਾਤੀ ਮਾਰਸ਼ਲ ਆਈਲੈਂਡਸ ਮਾਈਕਰੋਨੇਸ਼ੀਆ ਨਾਉਰੂ ਨਾਰਥ ਕੋਰੀਆ ਪਲਾਓ ਸਮੋਆ ਸੋਲੋਮਨ ਆਈਲੈਂਡਸ ਟੋਂਗਾ ਤੁਰਕਮੈਨਿਸਤਾਨ ਵਾਲੂ ਵਿਨਾਇਤੂ ਇਹ ਸਾਰੇ ਮੁਲਕ ਨੇ ਜਿੱਥੇ ਕਰੋਨਾ ਵਾਇਰਸ ਦਾ ਹਾਲੇ ਤੱਕ ਇੱਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਅਗਲੀ ਖਬਰ ਦੀ ਗੱਲ ਕਰਾਂਗੇ ਜਿਹੜੀ ਕਿ WHO ਦੀ ਇੱਕ ਰਿਪੋਰਟ ਦੇ ਨਾਲ ਜੁੜੀ ਹੋਈ ਹੈ WHO ਨੇ ਮੱਛਰਾਂ ਅਤੇ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਬਾਰੇ ਕੀ ਕਿਹਾ ਹੈ WHO ਕਹਿੰਦਾ ਹੈ ਕਿ ਮੱਛਰਾਂ ਤੋਂ SARS-CoV-2 ਵਾਇਰਸ ਦੀ ਲਾਗ ਇਨਸਾਨਾਂ ਵਿੱਚ ਨਹੀਂ ਫੈਲਦੀ। ਇਸ ਵਿਸ਼ੇ ਤੇ ਹੋਈ ਪਹਿਲੀ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸਾਇੰਟਿਫਿਕ ਰਿਪੋਰਟਸ ਜਰਨਲ ਦੇ ਵਿੱਚ ਇੱਕ ਖੋਜ ਹੈ ਜਿਹੜੀ ਉਹ ਪ੍ਰਕਾਸ਼ਿਤ ਹੋਈ ਹੈ। ਇਸ ਖੋਜ ਦੇ ਵਿੱਚ ਦੇਖਿਆ ਗਿਆ ਹੈ ਕਿ ਵਾਇਰਸ ਮੱਛਰਾਂ ਦੀਆਂ ਤਿੰਨ ਮੁੱਖ ਪ੍ਰਜਾਤੀਆਂ ਵਿੱਚ ਆਪਣੀ ਗਿਣਤੀ ਨਹੀਂ ਵਧਾ ਸਕਦਾ। ਇਸ ਲਈ ਜੇਕਰ ਕੋਈ ਮੱਛਰ ਕਿਸੇ ਕਰੋਨਾ ਦੀ ਲਾਗ ਵਾਲੇ ਸ਼ਖਸ ਨੂੰ ਵੱਢ ਵੀ ਲਵੇ ਤਾਂ ਦੂਸਰੇ ਇਨਸਾਨਾਂ ਨੂੰ ਲਾਗ ਨਹੀਂ ਫੈਲਦੀ। ਇਸ ਕੋਚ ਦੇ ਇੱਕ ਲੇਖਕ ਨੇ ਕਿਹਾ ਕਿ ਸਭ ਤੋਂ ਮੁਸ਼ਕਲ ਸਥਿਤੀ ਵਿੱਚ ਵੀ ਸਾਰਸ ਮੱਛਰਾ ਨਾ ਹੀ ਨਹੀਂ ਫੈਲਦਾ ਅਜਿਹਾ ਉਦੋਂ ਵੀ ਸੰਭਵ ਨਹੀਂ ਹੈ ਜਦੋਂ ਕਿਸੇ ਵੀ ਲਾਗ ਵਾਲੇ ਵਿਅਕਤੀ ਨੂੰ ਕੱਟਣ ਤੋਂ ਬਾਅਦ ਉੱਥੇ ਹੀ ਮੱਛਰ ਕਿਸੇ ਹੋਰ ਨੂੰ ਕੱਟੇ ਇਸ ਸਟੱਡੀ ਦੀ ਪੁਸ਼ਟੀ WHO ਨੇ ਵੀ ਕਰ ਦਿੱਤੀ ਹੈ WHO ਨੇ ਇਸ ਸਟੱਡੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਮੱਛਰ ਕੋਵਿਡ-19 ਦੇ ਫੈਲਾਅ ਦਾ ਜਿਹੜਾ ਇੱਕ ਇੰਟਰਮੀਡੀਏਟ ਨਹੀਂ ਬਣ ਸਕਦਾ ਯਾਨੀ ਕਿ ਕੋਵਿਡ-19 ਫੈਲਾਅ ਦਾ ਕਾਰਨ ਮੱਛਰ ਨਹੀਂ ਬਣ ਸਕਦਾ ਹਾਲਾਂਕਿ ਇਸ ਤੋਂ ਬਾਅਦ ਵੀ ਇਹ ਸਪਸ਼ਟ ਨਹੀਂ ਹੈ ਕਿ ਕਰੋਨਾ ਵਾਇਰਸ ਅਤੇ ਜਾਨਵਰਾਂ ਦੇ ਵਿਚਾਲੇ ਕੀ ਸੰਬੰਧ ਹੈ ਕਿਉਂਕਿ ਕਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮਾਰਕੀਟ ਤੋਂ ਫੈਲਣਾ ਸ਼ੁਰੂ ਹੋਇਆ ਸੀ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਦਾ ਮਾਸ ਮਿਲਦਾ ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਕੁੱਤੇ ਅਤੇ ਬਿੱਲੀਆਂ ਵੀ कोरोना ਫੈਲਾ ਸਕਦੇ ਨੇ ਪਰ ਇਸ ਦੇ ਵੀ ਬਹੁਤ ਪੱਕੇ ਸਬੂਤ ਨੇ ਜਿਹੜੇ ਉਹ ਹਾਲੇ ਤੱਕ ਨਹੀਂ ਮਿਲੇ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆ ਦੇ ਵਿੱਚ ਕੌਮਾਂਤਰੀ ਸੰਬੰਧਾਂ ਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਇੱਕ ਪਾਸੇ ਤਾਂ ਲੋਕ ਨੇ ਜਿਹੜੇ ਉਹ ਚਾਰੇ ਪਾਸੇ ਮਰ ਰਹੇ ਨੇ ਦੂਸਰਾ ਆਰਥਿਕਤਾ ਬੜੀ ਪ੍ਰਭਾਵਿਤ ਹੋਈ ਹੈ ਤੇ ਤੀਸਰਾ ਕੋ ਮੰਤਰੀ ਪੱਧਰ ਤੇ ਮੁਲਕਾਂ ਦਾ ਆਪਸੀ ਖਿੱਚੋ ਤਾਣ ਹੈ ਜਿਹੜਾ ਉਹ ਵੀ ਵਧਿਆ ਕਿਉਂਕਿ ਚੀਨ ਨੇ ਇਸ ਨੂੰ ਲੈ ਕੇ ਪਾਰਦਰਸ਼ਤਾ ਨਹੀਂ ਵਰਤੀ ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋਈ ਤੇ ਹਾਲੇ ਵੀ ਇਸ ਦਾ ਕਹਿਰ ਜਾਰੀ ਹੈ ਚੀਨ ਨੂੰ ਦੁਨੀਆ ਭਰ ਦੇ ਕਈ ਦੇਸ਼ ਕਈ ਮੁੱਦਿਆਂ ਤੇ ਘੇਰ ਰਹੇ ਨੇ ਉਹ ਚਾਹੇ ਹਾਂਗਕਾਂਗ ਦਾ ਮੁੱਦਾ ਹੋਵੇ ਸਾਊਥ ਚਾਈਨਾ ਸੀ ਦਾ ਹੋਵੇ ਜਾਂ ਫਿਰ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਫੈਲਾਅ ਦਾ ਤੇ ਚੀਨ ਨੇ ਹਾਂਗਕਾਂਗ ਵਿੱਚ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕੀਤਾ ਤਾਂ ਅਮਰੀਕਾ ਤੇ ਬ੍ਰਿਟਾਨੀਆ ਸਮੇਤ ਪੱਛਮ ਦੇ तमाम ਮੁਲਕਾਂ ਨੇ ਸਖਤ ਜਿਹੜੀ ਆਪੱਤੀ ਹੈ ਉਹ ਇਸ ਤੇ ਜਤਾਈ ਅਮਰੀਕਾ ਤੇ ਬ੍ਰਿਟਾਨੀਆ ਨੇ ਤਾਂ ਚੀਨ ਦੇ ਖਿਲਾਫ ਕੁਝ ਕਦਮ ਵੀ ਚੁੱਕੇ ਬ੍ਰਿਟਾਨੀਆ ਨੇ ਚੀਨ ਦੇ ਉਹਨਾਂ ਲੋਕਾਂ ਤੇ ਰੋਕ ਲਾ ਦਿੱਤੀ ਬੈਨ ਕਰ ਦਿੱਤਾ ਜੋ ਹਾਂਗਕਾਂਗ ਦੇ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਹੱਕਾਂ ਨੂੰ ਕੁਚਲਣ ਦੇ ਵਿੱਚ ਸ਼ਾਮਲ ਨੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਦੀ ਕਨਜ਼ਰਵੇਟਿਵ ਪਾਰਟੀ ਦੇ ਕੁਝ ਸਾਂਸਦਾਂ ਨੇ ਕਿਹਾ ਕਿ ਰੋਕਾਂ ਦੀ ਵਰਤੋਂ ਚੀਨੀ ਅਧਿਕਾਰੀਆਂ ਨੂੰ ਟਾਰਗੇਟ ਕਰਨ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਬਰਤਾਨੀਆ ਵਿੱਚ ਚੀਨ ਦੇ ਰਾਜਦੂਤ ਲਿਓ ਸ਼ਿਆਮਿੰਗ ਨੇ ਹੁਣ ਬਿਆਨ ਦਿੱਤਾ ਹੈ ਕਿ ਜੇ ਬਰਤਾਨੀਆ ਦੀ ਸਰਕਾਰ ਚੀਨ ਦੇ ਕਿਸੇ ਵੀ ਸ਼ਖਸ ਤੇ ਰੋਕ ਲਾਉਣਾ ਸ਼ੁਰੂ ਕਰ ਦਿੰਦੀ ਹੈ ਤਾਂ ਚੀਨ ਵੀ ਨਿਸ਼ਚਿਤ ਤੌਰ ਤੇ ਇਸ ਦਾ ਸਖਤ ਜਵਾਬ ਦੇਵੇਗਾ। ਉਹਨਾਂ ਕਿਹਾ ਕਿ ਤੁਸੀਂ ਦੇਖਿਆ ਕਿ ਅਮਰੀਕਾ ਵਿੱਚ ਕੀ ਹੋਇਆ। ਉਹ ਚੀਨੀ ਅਧਿਕਾਰੀਆਂ ਤੇ ਰੋਕ ਲਾਉਂਦੇ ਨੇ ਤੇ ਅਸੀਂ ਉਹਨਾਂ ਦੇ ਸੰਸਦਾਂ ਅਤੇ ਅਧਿਕਾਰੀਆਂ ਤੇ ਰੋਕ ਲਾ ਦਿੰਦੇ ਆ। ਮੈਂ ਨਹੀਂ ਚਾਹੁੰਦਾ ਕਿ ਚੀਨ ਬਰਤਾਨੀਆ ਦੇ ਸਬੰਧਾਂ ਵਿੱਚ ਵੀ ਜੈਸੇ ਨੂੰ ਤੈਸੇ ਦੀ ਰਣਨੀਤੀ ਹੈ ਜਿਹੜੀ ਉਹ ਦੇਖਣ ਨੂੰ ਮਿਲੇ। ਯਾਨੀ ਕਿ ਚੀਨ ਨੇ ਬਰਤਾਨੀਆ ਨੂੰ ਸਿੱਧੀ-ਸਿੱਧੀ ਚੇਤਾਵਨੀ ਦੇ ਦਿੰਦੀ ਹੈ ਇਸ ਗੱਲ ਨੂੰ ਲੈ ਕੇ ਅਗਲੀ ਖਬਰ ਵੀ ਬਰਤਾਨੀਆ ਦੇ ਨਾਲ ਜੁੜੀ ਹੋਈ ਹੈ ਬਰਤਾਨੀਆ ਦੇ ਵਿੱਚ ਰੂਸ ਦੇ ਰਾਜਦੂਤ ਨੇ ਬ੍ਰਿਟਨ ਅਤੇ ਹੋਰ ਸਹਿਯੋਗੀ ਮੁਲਕਾਂ ਦੇ ਉਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਜਿਨ੍ਹਾਂ ਵਿੱਚ ਰੂਸ ਤੇ ਕਰੋਨਾ ਵੈਕਸੀਨ ਨਾਲ ਜੁੜੀ ਰਿਸਰਚ ਨੂੰ ਚੋਰਾਉਣ ਦੇ ਵਿੱਚ ਹੈਕਰਸ ਨੂੰ ਮਦਦ ਕਰਨ ਦੀ ਗੱਲ ਕਹੀ ਗਈ ਸੀ ਐਤਵਾਰ ਨੂੰ ਰੂਸ ਦੇ ਰਾਜਦੂਤ ਨੇ ਇਹਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਰੂਸੀ ਰਾਜਦੂਤ ਨੇ ਕਿਹਾ ਕਿ ਅਸੀਂ ਇਸ ਤੇ ਭਰੋਸਾ ਨਹੀਂ ਕਰਦੇ ਇਹਨਾਂ ਇਲਜ਼ਾਮਾਂ ਦਾ ਕੋਈ ਮਤਲਬ ਹੀ ਨਹੀਂ ਦਰਅਸਲ ਬਰਤਾਨੀਆਂ ਕੈਨੇਡਾ ਤੇ ਅਮਰੀਕਾ ਨੇ ਇਲਜ਼ਾਮ ਲਾਇਆ ਸੀ ਕੁਝ ਦਿਨ ਪਹਿਲਾਂ ਕਿ ਹੈਕਰਾਂ ਦੇ ਇੱਕ ਸਮੂਹ ਨੇ ਜੋ ਕਿ ਡਿਊਕਸ ਜਾਂ ਕੋਜ਼ੀ ਬੀਅਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਦਾ ਸੰਬੰਧ ਰੂਸ ਦੀਆਂ ਖੁਫੀ ਏਜੰਸੀਆਂ ਨਾਲ ਹੈ ਤੇ ਇਸ ਹੈਕਰਾਂ ਦੇ ਗਰੁੱਪ ਨੇ ਰਿਸਰਚ ਬਾਡੀ ਨੂੰ ਨਿਸ਼ਾਨੇ ਤੇ ਲਿਆ ਜਿਨ੍ਹਾਂ ਵਿੱਚ ਬਰਤਾਨੀਆਂ ਵੀ ਸ਼ਾਮਿਲ ਹੈ ਖਬਰ ਬ੍ਰਾਜ਼ੀਲ ਤੋਂ ਹੈ ਜਿੱਥੇ ਰਾਸ਼ਟਰਪਤੀ ਜਾਇਨ ਬੋਲਸੋਨਾਰੋ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦੇ ਲਈ ਲੱਗੇ ਲੋਕਡਾਊਨ ਦੇ ਨਾਲ ਮੁਲਕ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਉਹਨਾਂ ਕਿਹਾ ਕਿ ਕਰਫਿਊ ਨੇ ਅਰਥਵਿਵਸਥਾ ਦੀ ਕਮਰ ਤੋੜ ਦਿੰਦੀ ਹੈ। ਬ੍ਰਾਜ਼ੀਲ ਦੀ ਅਰਥਵਿਵਸਥਾ ਨੂੰ ਲੈ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸਾਲ ਇਹ 6.4% ਤੱਕ ਡਿੱਗ ਸਕਦੀ ਹੈ। 19 ਜੁਲਾਈ ਨੂੰ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਵੀ ਕਰੋਨਾ ਵਾਇਰਸ ਪਾਸਟੇ ਪਾਏ ਗਏ ਸੀ ਦੁਬਾਰੀ ਉਹਨਾਂ ਦੀ ਰਿਪੋਰਟ ਹੈ ਜਿਹੜੀ ਪੋਜ਼ਿਟਿਵ ਆਈ ਹੈ। ਹੁਣ ਰਾਸ਼ਟਰਪਤੀ ਨੇ ਕਿਹਾ ਕਿ ਨੇ ਅਤੇ ਹਾਈਡਰੋਕਸੀ ক্লোਰੋਕਨ ਦਵਾਈ ਦਾ ਸੇਵਨ ਕਰ ਰਹੇ ਨੇ ਅਗਲੀ ਖਬਰ ਹਵਾਈ ਯਾਤਰਾ ਨਾਲ ਜੁੜੀ ਹੋਈ ਹੈ ਤੁਰਕੀ ਨੇ ਈਰਾਨ ਦੇ ਲਈ ਹਵਾਈ ਸੇਵਾ ਰੱਦ ਕਰ ਦਿੱਤੀ ਹੈ ਤੁਰਕੀ ਨੇ ਇਹ ਫੈਸਲਾ ਈਰਾਨ ਦੇ ਵਿੱਚ ਕਰੋਨਾ ਵਾਇਰਸ ਦੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਹੈ ਈਰਾਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਈਰਾਨੀ ਸਿਵਲ ਐਵੀਏਸ਼ਨ ਵਿਭਾਗ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਬੁਲਾਰੇ ਰਜ਼ਾ ਜ਼ਾਫਰਜ਼ਾਦੇ ਨੇ ਕਿਹਾ ਕਿ ਸ਼ਨੀਵਾਰ ਨੂੰ ਜਦੋਂ ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੇ 2.5 ਕਰੋੜ ਲੋਕਾਂ ਦੇ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ ਉਸ ਤੋਂ ਬਾਅਦ ਇਹ ਫੈਸਲਾ ਲੈਣਾ ਜ਼ਰੂਰੀ ਹੋ ਜਾਂਦਾ ਕਿਉਂਕਿ ਈਰਾਨ ਤੋਂ ਤੁਰਕੀ ਦੇ ਰਾਹੀਂ ਜਿਹੜੀ ਹਵਾਈ ਯਾਤਰਾ ਚੱਲ ਰਹੀ ਹੈ ਉਸ ਦੇ ਰਾਹੀਂ ਈਰਾਨ ਤੋਂ ਕੁਝ ਲੋਕ ਨੇ ਜਿਹੜੇ ਇੱਧਰ ਵੀ ਕਰੋਨਾ ਵਾਇਰਸ ਫੈਲਾ ਸਕਦੇ ਨੇ ਇਸ ਕਰਕੇ ਤੁਰਕੀ ਨੇ ਈਰਾਨ ਦੇ ਲਈ ਹਵਾਈ ਸੇਵਾਵਾਂ ਰੱਦ ਦਿੱਤੀਆਂ ਨੇ ਅਗਲੀ ਖਬਰ ਵੀ ਈਰਾਨ ਤੋਂ ਹੈ ਜਿੱਥੇ ਸਰਕਾਰੀ ਬਾਜ਼ਾਰ ਦੇ ਵਿੱਚ ਪੈਚ ਅਗਲੀ ਖਬਰ ਵੀ ਈਰਾਨ ਤੋਂ ਹੈ ਜਿੱਥੇ ਅਮਰੀਕੀ ਕਰੰਸੀ ਡਾਲਰ ਦੇ ਮੁਕਾਬਲੇ ਗੈਰ ਸਰਕਾਰੀ ਬਾਜ਼ਾਰ ਦੇ ਵਿੱਚ ਈਰਾਨ ਦੀ ਕਰੰਸੀ ਰਿਆਲ ਬੁਰੀ ਤਰ੍ਹਾਂ ਨਾਲ ਡਿੱਗ ਰਹੀ ਹੈ ਸ਼ਨੀਵਾਰ ਨੂੰ ਤਾਂ ਸਾਰੇ ਰਿਕਾਰਡ ਟੁੱਟ ਗਏ ਜਦੋਂ ਈਰਾਨ ਵਿੱਚ 1 ਡਾਲਰ ਦੀ ਕੀਮਤ 2,55,300 ਰਿਆਲ ਹੋ ਗਈ ਸ਼ੁੱਕਰਵਾਰ ਨੂੰ 1 ਡਾਲਰ ਦੀ ਕੀਮਤ 2,42,500 ਰਿਆਲ ਸੀਗੀ ਜੋ ਦੂਸਰੇ ਦਿਨ ਤੱਕ 10,000 ਰਿਆਲ ਤੋਂ ਵੀ ਵੱਧ ਥੱਲੇ ਡਿੱਗ ਪਈ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਵਿਕਾਸਸ਼ੀਲ ਦੇਸ਼ਾਂ ਯਾਨੀ ਕਿ ਡਿਵੈਲਪਿੰਗ ਕੰਟਰੀਜ਼ ਦੇ ਕਰਜ਼ੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਭ ਤੋਂ ਗਰੀਬ ਦੇਸ਼ਾਂ ਦਾ ਕਰਜ਼ਾ ਸੰਕਟ ਦੇ ਪੱਧਰ ਤੱਕ ਪਹੁੰਚ ਗਿਆ ਹੈ। ਉਹਨਾਂ ਨੇ ਸਮੂਹ ਦੇਸ਼ਾਂ ਨੂੰ ਕਰਜ਼ਾ ਵਾਪਸ ਕਰਨ ਦੇ ਲਈ ਪਹਿਲਾਂ ਤੋਂ ਤੈ ਸਮਾਂ ਸੀਮਾ ਨੂੰ 1 ਸਾਲ ਹੋਰ ਵਧਾਉਣ ਦੀ ਅਪੀਲ ਕੀਤੀ ਹੈ ਮਾਲਪਾਸ ਨੇ ਜੀ 20 ਦੇਸ਼ਾਂ ਦੇ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਦੇ ਦੌਰਾਨ ਇਹ ਗੱਲ ਕਹੀ ਇਸ ਬੈਠਕ ਦੀ ਮੇਜ਼ਬਾਨੀ ਸਾウਦੀ ਅਰਬ ਕਰ ਰਿਹਾ ਸੀ ਸਾウਦੀ ਅਰਬ ਵਿੱਚ ਮੰਤਰੀ ਮੁਹੰਮਦ ਅਲ ਜ਼ਦਾਨ ਨੇ ਕਿਹਾ ਕਿ ਮਹਾਮਾਰੀ ਨੇ ਦੁਨੀਆ ਭਰ ਲਈ ਨਵੀਂ ਚੁਣੌਤੀ ਪੈਦਾ ਕੀਤੀ ਹੈ ਤੇ ਜੀ 20 ਦੇ ਮੁਲਕ ਇਸ ਤੋਂ ਪੈਦਾ ਹੋਣ ਵਾਲੇ ਆਰਥਿਕ ਸੰਕਟ ਨਾਲ ਛੇਤੀ ਨਿਢਠਣ ਲਈ ਮਿਲ ਕੇ ਕੰਮ ਕਰ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ 1930 ਦੇ ਦਹਾਕੇ ਦੇ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਕੋਵਿਡ-19 ਦੁਨੀਆ ਦੇ ਅਰਥਚਾਰੇ ਲਈ ਸਭ ਤੋਂ ਵੱਡੀ ਚੁਣੌਤੀ ਵਾਂਗ ਸਾਹਮਣੇ ਆਇਆ ਹੈ ਤੇ ਜੀ20 ਦੇ ਮੁਲਕ ਕਈ ਤਤਕਾਲ ਅਤੇ ਅਸਾਧਾਰਨ ਕਦਮ ਚੁੱਕ ਰਹੇ ਨੇ ਕਿ ਉਹ ਮਿਲ ਕੇ ਆਰਥਿਕਤਾ ਦੇ ਨਿਗਾਰ ਦੇ ਵਿੱਚੋਂ ਨਿਕਲ ਸਕਣ ਦੁਨੀਆ ਭਰ ਦੀਆਂ ਖਬਰਾਂ ਦੇ ਵਿੱਚ ਅਗਲੀ ਖਬਰ ਇਸਲਾਮਾਬਾਦ ਪਾਕਿਸਤਾਨ ਤੋਂ ਹੈ ਜਿੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੇ ਵਿੱਚ ਪਰ ਦੂਸ਼ਣ ਦੇ ਚਿੰਤਾਜਨਕ ਹੱਦ ਤੱਕ ਵਧਣ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਜਲਵਾਯੂ ਤਬਦੀਲੀ ਦੇ ਨਾਲ ਇਕੱਠੇ ਹੋ ਕੇ ਨਜਿੱਠਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੂਬਾ ਪੰਜਾਬ ਦੇ ਸ਼ਹਿਰ ਕਹੂਟਾ ਦੇ ਵਿੱਚ ਮੌਨਸੂਨ ਪੌਦੇ ਲਗਾਓ ਮੁਹਿੰਮ 2020 ਦੇ ਆਗਾਜ਼ ਦੇ ਮੌਕੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਕਿ ਜੰਗਲਾਂ ਦਾ ਤੇਜ਼ੀ ਨਾਲ ਘਟਣਾ ਕਈ ਤਰ੍ਹਾਂ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸਰਕਾਰ ਵੱਲੋਂ ਚਲਾਈ ਜਾਂਦੀ ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ ਦੀ ਇੱਕ ਰਿਪੋਰਟ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਕਿ ਹਾਕੀ ਸਰਕਾਰ ਵੱਲੋਂ ਦੇਸ਼ ਦੇ ਵਿੱਚ 10 ਅਰਬ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ ਪਾਕਿਸਤਾਨ ਵਿੱਚ ਪਿਛਲੇ ਕਈ ਸਾਲਾਂ ਤੋਂ ਘਟ ਰਹੇ ਜੰਗਲੀ ਰਕਬੇ ਤੇ ਚਿੰਤਾ ਜਿਤਾਉਂਦੇ ਆ ਉਹਨਾਂ ਕਿਹਾ ਕਿ ਭਾਰਤੀ ਉਪਮਹਾਦੀਪ ਨਾਲੋਂ ਵੰਡ ਦੇ ਸਮੇਂ ਤੋਂ ਲੈ ਕੇ ਦਰਖਤਾਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਘਟੀ ਹੈ ਪਾਕਿਸਤਾਨ ਦੇ ਵਿੱਚ ਪੰਜਾਬ ਭਾਰਤ ਅਤੇ ਦੁਨੀਆਪਰ ਦੇ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਸਾਵਧਾਨੀ ਹੀ ਅਰਸਲ ਬਚਾ ਹੈ ਹਰ ਇੱਕ ਬਿਮਾਰੀ ਦਾ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਵਾਇਰਸ ਹੈ ਵੀ ਜਾਂ ਨਹੀਂ ਵੀ ਵਾਇਰਸ ਦੇ ਨਾਲ ਉਹੀ ਲੋਕ ਕਿਉਂ ਮਰ ਰਹੇ ਨੇ ਜਿਹੜੇ ਹਸਪਤਾਲਾਂ ਦੇ ਵਿੱਚ ਦਾਖਲ ਹੁੰਦੇ ਨੇ ਜਿਹੜੇ ਘਰੇ ਕਵਾਰੰਟਾਈਨ ਹੁੰਦੇ ਨੇ ਉਹ ਠੀਕ ਹੋ ਰਹੇ ਨੇ ਬਹੁਤ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਅਸੀਂ ਕਿਸੇ ਦੀ ਵੀ ਪੁਸ਼ਟੀ ਨਹੀਂ ਕਰ ਸਕਦੇ ਜਦੋਂ ਤੱਕ ਜ਼ਿੰਮੇਵਾਰ ਲੋਕ ਇਸ ਦੇ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕਰਦੇ ਪਰ ਚਰਚਾਵਾਂ ਹੁੰਦੀਆਂ ਰਹਿਣ ਤੇ ਬਿਮਾਰੀ ਤੋਂ ਬਚਣ ਦੇ ਲਈ ਜ਼ਰੂਰ ਜਿਹੜਾ ਇਹ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ ਤੁਸੀਂ ਸਾਰੇ ਮਾਸਕ ਪਾ ਕੇ ਬਾਹਰ ਨਿਕਲਿਆ ਕਰੋ ਮਾਸਕ ਪਾਉਣ ਨਾਲ ਬਿਮਾਰੀ ਲੱਗਦੀ ਜਾਂ ਨਹੀਂ ਲੱਗਦੀ ਉਹ ਵੱਖਰੀ ਗੱਲ ਹੈ ਪਰ ਜੇ ਨਹੀਂ ਪਾਉਂਗੇ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਫਾਈਨ ਜ਼ਰੂਰ ਹੋ ਜਾਏਗਾ ਉਹ ਵੀ 500 ਰੁਪਏ ਦਾ ਬੜੀ ਸਖਤੀ ਦੇ ਨਾਲ ਪੰਜਾਬ ਪੁਲਿਸ ਇਸ ਤੇ ਲੱਗੀ ਹੋਈ ਹੈ ਚੰਡੀਗੜ੍ਹ ਜਾਉਂਗੇ ਉੱਥੇ ਵੀ ਪੁਲਿਸ ਬੜੀ ਸਖਤੀ ਦੇ ਨਾਲ ਇਸ ਮੁਹਿੰਮ ਦੇ ਪਿੱਛੇ ਲੱਗੀ ਹੈ ਕਿ ਜਿਸ ਨੇ ਵੀ ਮਾਸਕ ਨਹੀਂ ਪਾਇਆ ਚਾਹੇ ਉਹ ਸਾਈਕਲ ਤੇ ਹੈ ਸਕੂਟਰ ਤੇ ਹੈ ਮੋਟਰਸਾਈਕਲ ਤੇ ਹੈ ਕਾਰ ਤੇ ਹੈ ਜਾਂ ਕਿਸੇ ਵੀ ਵਾਹਨ ਤੇ ਹੈ ਕਿਸੇ ਨੇ ਵੀ ਨਹੀਂ ਪਾਇਆ ਤਾਂ 500 ਰੁਪਿਆ ਉਸ ਨੂੰ ਦੇਣਾ ਹੀ ਪਵੇਗਾ ਉਸ ਨੂੰ ਜਿਹੜਾ ਮਾਸਕ ਦਾ ਚਲਾਨ ਕੱਟ ਕੇ ਉਹਦੇ ਹੱਥ ਵਿੱਚ ਫੜਾ ਦਿੱਤਾ ਜਾਂਦਾ ਸੋ ਸਾਰਿਆਂ ਨੇ ਤੁਸੀਂ ਆਪਣਾ ਧਿਆਨ ਰੱਖਣਾ ਹੈਗਾ ਹੱਥਾਂ ਦੀ ਸਫਾਈ ਜ਼ਰੂਰੀ ਹੈ ਸਰੀਰ ਦੀ ਹੀ ਸਫਾਈ ਜ਼ਰੂਰੀ ਹੈ ਰੋਜ਼ਾਨਾ ਸਵੇਰੇ ਨਹਾ ਤੋਂ ਕੇਸ਼ਨਾਣ ਕਰਕੇ ਖਾਣਾ ਪੀਣਾ ਖਾਇਆ ਕਰੋ ਚੰਗਾ ਸੋਚ ਰਹਿਣਾ ਚੰਗਾ ਕਰਨਾ ਸਬਰ ਸਿੱਦਕ ਦੇ ਵਿੱਚ ਰਹਿਣਾ ਸੋ ਇਹਨਾਂ ਚੀਜ਼ਾਂ ਦੀ ਹੀ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਧ ਲੋੜ ਹੈ ਤੇ ਲੋੜਵੰਦਾਂ ਦੀ ਮਦਦ ਤੁਸੀਂ ਵੀ ਜ਼ਰੂਰ ਕਰਦੇ ਰਹੋ ਧੰਨਵਾਦ